ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਤਾਇਸ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਵੱਡਾ 22.7 ਦੇ YouTube ਚੈਨਲ ਤੇ ਤੇ ਸ਼ਾਮ ਦੇ ਬਾਅਦ ਚੁੱਕੇ ਨੇ ਜੀ 4 ਤੇ 4 ਵਜੇ ਹੁੰਦੀ ਆਪਣੀ ਪੰਜਾਬ ਜੀਕੇ ਦੀ ਕਲਾਸ ਇਹ ਪੰਜਾਬ ਜੀਕੇ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੇ ਸਾਰੇ ਐਗਜ਼ਾਮਜ਼ ਦੇ ਲਈ ਚਾਹੇ ਉਹ ਜਿਹੜੇ ਐਗਜ਼ਾਮ ਹੁਣ ਚੱਲ ਰਹੇ ਨੇ ਤੇ ਚਾਹੇ ਆਉਣ ਵਾਲੇ ਦਿਨਾਂ ਵਿੱਚ ਐਗਜ਼ਾਮ ਨੇ ਜਿਵੇਂ ਜੇਲ ਵਾਰਡਨ ਦੀ ਗੱਲ ਚੱਲਦੀ ਹੈ ਸਰਪਟਵਾਰੀ ਦੀਆਂ ਹਜ਼ਾਰ ਪੋਸਟਾਂ ਆਉਣ ਦੀ ਗੱਲ ਚੱਲਦੀ ਹੈ ਜੀ ਕੋਆਪਰੇਟਿਵ ਸੁਸਾਇਟੀ ਇੰਸਪੈਕਟਰ ਦੀ ਗੱਲ ਚੱਲਦੀ ਹੈ ਸਰਕਲ ਕਲਰਕ ਦੀਆਂ ਨਵੀਆਂ ਪੋਸਟ ਨੈਪ ਤਹਿਸੀਲਦਾਰ ਦੀਆਂ ਕਾਨੀਗੋ ਵਗੈਰਾ ਜਿੰਨੀਆਂ ਵੀ ਨਵੀਆਂ ਪੋਸਟ ਆਉਣ ਦੀ ਗੱਲ ਚੱਲਦੀ ਹੈ ਜਾਂ ਅਗਲੇ ਸਾਲ ਜਿਹੜਾ ਸਾਡੇ ਕੋਲੇ ਹੈ ਪੇਪਰ ਉਹਦੇ ਵਿੱਚ ਵੀ ਆਪਣੇ ਕੋਲੇ ਇਹ ਹੀ ਹੈ ਜੀ ਠੀਕ ਹੈ ਇੱਕ ਮਿੰਟ ਹੋਲਡ ਰੱਖੋ ਬੁੱਕ ਪਰੇ ਆਰ ਬਿਨਾ ਬਤਾਏ ਬਿਨਾ ਬਤਾਏ ਮੈਂ 3 ਦਿਨ ਸੇ ਮੇਰੇ ਲੱਗ ਰਹੀ ਹੈ 3 ਦਿਨ ਤੋਂ 3 ਦਿਨ ਸੇ ਮੇਰੀ ਹੋ ਨਹੀਂ ਰਹੀ ਨਾ ਅੱਛਾ ਇਹ ਮੇਰੇ ਕੋਲ ਠੀਕ ਹੈ ਸੋ ਜਿੰਨੇ ਪੇਪਰ ਨੇ ਸਾਰਿਆਂ ਦੇ ਲਈ ਪੰਜਾਬ ਜੀ ਕ ਦੀ ਕਲਾਸ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਲੋਜਿਕ ਕਰਦੇ ਆਪਾਂ ਸ਼ੁਰੂਆਤ ਫਿਰ ਇਸ ਕਲਾਸ ਦੀ ਤੇ ਅੱਜ ਆਪਣੇ ਕੋਲ ਵਰਦੀ ਸੀਰੀਜ਼ ਦੀ ਕਲਾਸ ਨੰਬਰ 10 ਆ ਜਿੱਦੋਂ ਪਹਿਲਾਂ 9 ਕਲਾਸਾਂ ਨਹੀਂ ਦੇਖੀਆਂ ਤਾਂ ਜ਼ਰੂਰ ਦੇਖ ਲਿਓ ਲਓ ਜੀ ਤੇ ਬਾਕੀ ਜੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਕਲਾਸ ਹੈ ਜੀ ਠੀਕ ਹੈ ਚਲੋ ਜੀ ਕਰਦੇ ਆਪਾਂ ਸਟਾਰਟ ਤੇ ਬਾਕੀ ਜੇ ਫੋਨ ਦੇ ਵਿੱਚ ਅੱਡਾ 20% ਦੀ ਐਪ ਨੂੰ ਇੰਸਟਾਲ ਨਹੀਂ ਕੀਤਾ ਤਾਂ ਐਪ ਜੇ ਤੁਸੀਂ ਤਿਆਰੀ ਕਰਨੀ ਆ ਤਾਂ ਉੱਥੇ ਸਾਨੂੰ ਜਿਹੜੇ ਪੀਡੀਐਫ ਰਿਵੀਜ਼ਨ ਲਈ ਜ਼ਰੂਰ ਚਾਹੀਦੇ ਤੇ ਅੱਜ ਦੀ ਕਲਾਸ ਮੈਂ ਕਹਿੰਦਾ ਸਰੀ ਹੀ ਆ ਜੀ ਕੰਮ ਅੱਜ ਮੈਂ ਪਹਿਲਾਂ ਕਹਿ ਦਿੰਦਾ ਵੀ ਅੱਜ ਤੁਹਾਨੂੰ ਸਵਾਲਾਂ ਦੇ ਆਨਸਰ ਘੱਟ ਆਉਣਗੇ ਕਿਉਂਕਿ ਅੱਜ ਬਹੁਤ ਔਖੇ ਸਵਾਲ ਨੇ ਚਲੋ ਚੈੱਕ ਕਰਦੇ ਆ ਕਿੰਨੇ ਔਖੇ ਨੇ ਤੇ ਤੁਹਾਨੂੰ ਕਿੰਨੇ ਕਾਉਂਦੇ ਨੇ ਲਓ ਜੀ ਫਿਰ ਕਰੀਏ ਸਟਾਰਟ ਆ ਕੱਲ ਵਾਲੀ ਪੀਡੀਐਫ ਆ ਸੌਰੀ ਕੱਲ ਵਾਲੀ ਪੀਡੀਐਫ ਨਹੀਂ ਅੱਜ ਪਾਉਂਗਾ ਕੱਲ ਵਾਲੀ ਪੀਡੀਐਫ ਨਹੀਂ ਪਰਸਨ ਵਾਲੀ ਪੀਡੀਐਫ ਆ ਲਓ ਜੀ ਕਰਦੀਏ ਸਟਾਰਟ ਤੇ ਜੇ ਇੱਕ ਵਾਰ ਕਲਾਸ ਨੂੰ ਸਟਾਰਟ ਕਰੀਏ ਇੱਕ ਵਾਰ ਥੰਬਸ ਅਪ ਦਾ ਸਾਈ ਵੀ ਆਰ ਰੈਡੀ ਸਟਾਰਟ थम्स अप द साइन ਕਰੋ ਸਾਰੇ ਜਾਣੇ ਤੇ ਆਪਾਂ ਕਰਦੇ ਆਂ ਜੀ ਕਲਾਸ ਦੀ ਸ਼ੁਰੂਆਤ ਕਹਿੰਦੇ ਸਰ ਪੰਜਾਬ ਜੀ ਕਿ ਬਹੁਤ ਘਟਾਈ ਉਹ ਕੋਈ ਨਹੀਂ ਇੱਕ ਪੇਪਰ ਚ ਘਟਾਈ ਆ ਹੁਣ ਤੱਕ ਜਿੰਨੇ ਪੇਪਰ ਆਏ ਆ ਪੰਜਾਬ ਜੀ ਕਿਨੇ ਵੇੜਾ ਬੰਨੇ ਲਾਇਆ ਸੋ ਅੱਗੇ ਤੋਂ ਆਊਗੀ ਕੋਈ ਚੱਕਰ ਨਹੀਂ ਹੈਗਾ ਇੱਕ ਪੇਪਰ 'ਚ ਘਟਾਈ ਇਹ ਤਾਂ ਹੋਰ ਬਹੁਤ سارے ਪੇਪਰ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਜੀ ਕੇ ਆਉਣੀ ਹੈ ਲੋ ਜੀ ਪਹਿਲਾ ਕੁਐਸਚਨ ਚੱਕੋ ਇਹਨਾਂ ਵਿੱਚੋਂ ਇਹਨਾਂ ਵਿੱਚੋਂ ਕਹਿੰਦੇ ਕਿਹੜੀ ਨਦੀ ਹੈਗੀ ਜਿਹਨੂੰ ਅਸੀਂ ਸਿੰਗੀ ਖੰਬਾਈ ਜਾਂ ਫਿਰ ਲੋਇਨਸ ਮਾਊਥ ਦੇ ਨਾਮ ਨਾਲ ਜਾਣਦੇ ਆ ਸਰ ਜੀ ਸਤਲੁਜ ਰਿਵਰ ਆ ਬਿਆਸ ਰਿਵਰ ਆ ਰਾਵੀ ਰਿਵਰ ਆ ਜਾਂ ਫਿਰ ਇੰਡਸ ਰਿਵਰ ਹੈ ਉਹ ਕਿਹੜੀ ਨਦੀ ਹੈ ਜਿਹਨੂੰ ਅਸੀਂ ਸਿੰਗੀ ਖੰਬਨ ਦੇ ਨਾਮ ਨਾਲ ਜਾਣਦੇ ਹਾਂ ਏ ਬੀ ਸੀ ਡੀ ਚਾਰ ਆਪਸ਼ਨ ਨੇ ਚਾਰਾਂ ਵਿੱਚੋਂ ਕਿਹੜਾ ਸਹੀ ਹੈ ਬਿਲਕੁਲ ਤੁਸੀਂ ਦੱਸਣਾ ਆ ਦੇਖੋ ਕੁਐਸਚਨ ਚਾਹੇ ਪੰਜਾਬ ਜੀ ਕਿਤੇ ਦੋਣ ਚਾਹੇ ਚਾਰਣ ਚਾਹੇ ਪੰਜਣ ਅਸੀਂ ਸਾਰੇ ਸਹੀ ਕਰਕੇ ਆਉਣੇ ਆ ਤੇ ਵੀ ਗੱਲ ਯਾਦ ਰੱਖਿਓ ਕਿ ਸਿਰਫ ਪੰਜਾਬ ਪੁਲਿਸ ਕੌਂਸਟੇਬਲ ਦਾ ਪੇਪਰ ਨਹੀਂ ਆਪਾਂ ਦੇਣਾ ਆਪਾਂ ਹੋਰ ਬਹੁਤ ਸਾਰੇ ਪੇਪਰ ਦੇਣੇ ਨੇ ਜਿਵੇਂ ਮੈਂ ਸਟਾਰਟਿੰਗ 'ਚ ਦੱਸਿਆ ਵੀ ਬਹੁਤ ਸਾਰੇ ਪੇਪਰ ਆਉਣ ਵਾਲੇ ਨੇ ਹੋਰ ਉਮੀਦ ਆ ਹੁਣ ਬਹੁਤ ਜਲਦੀ ਨਵੇਂ-ਨਵੇਂ ਵੈਕੈਂਸੀਆਂ ਓਪਨ ਹੋਣਗੀਆਂ ਸੋ ਆਪਦੀ ਤਿਆਰੀ ਵਧੀਆ ਰੱਖੋ ਸੋ ਆਨਸਰ ਇਹਦਾ ਆਪਸ਼ਨ ਨੰਬਰ ਡੀ ਹੈ ਜਿਨ੍ਹਾਂ ਨੇ ਏ ਲਾਇਆ ਗਲਤ ਹੋ ਗਿਆ ਜੀ ਜਿਨ੍ਹਾਂ ਨੇ ਏ ਲਾਇਆ ਉਹਨਾਂ ਦਾ ਗਲਤ ਹੋ ਗਿਆ ਤੇ ਜਿਨ੍ਹਾਂ ਨੇ ਡੀ ਲਾਇਆ ਉਹਨਾਂ ਦਾ ਬਿਲਕੁਲ ਸਹੀ ਹੋ ਗਿਆ ਤੇ ਇਹਦਾ ਫਿਰ ਨਾਮ ਕੀ ਹੋਗਾ ਸੱਤ ਲੁਜਦਾ ਸਰਜੀ ਇਹਦਾ ਗੱਲ ਲੰਗੇਂਚਨ ਖੰਬਾਬ ਕੀ ਹੈ ਜੀ ਲੰਗੇ ਚਨ ਖੰਬਾਬ ਤੇ ਇਹ ਕੀ ਹੈ ਸਿੰਗੀ ਖੰਬਨ ਹੁਣ ਯਾਦ ਕਿਵੇਂ ਰੱਖਣਾ ਜਿਹਨਾਂ ਦਾ ਗਲਤ ਹੋਇਆ ਸੁਣੋ ਬਹੁਤ ਬੱਚਿਆਂ ਦਾ ਗਲਤ ਆ ਮੈਂ ਦੇਖਣਾ ਚਾਹੁੰਦਾ ਸਹੀ ਕਿਵੇਂ ਯਾਦ ਕਿਵੇਂ ਰੱਖਣਾ ਆ ਦੇਖੋ ਇੰਡਸ ਨੂੰ ਪੰਜਾਬੀ ਚ ਕੀ ਕਹਿੰਦੇ ਆ ਸਿੰਧੂ ਨਦੀ ਸੱਜੇ ਕੀ ਕਹਿੰਦੇ ਆ ਜੀ ਸਿੰਧੂ ਰੀਵਰ ਕਹਿੰਦੇ ਆ ਓਕੇ ਜੀ ਤੇ ਸਿੰਧੂ ਐਸ ਆਈ ਸਿੰਧੂ ਸਿਨ ਤੇ ਸਿੰਗੀ ਲਓ ਜੀ ਦੇਖੋ ਸੇਮ ਜਿਹਾ ਆ ਨਾ ਫਿਰ ਸੋ ਇਸ ਕਰਕੇ ਇਹ ਸੇਮ ਸੇਮ ਜਿਹਾ ਕੀ ਹੋਊਗਾ ਇਹਦਾ ਹੀ ਨਾਮ ਹੈ ਹੁਣ ਸਾਨੂੰ ਰਹੂਗਾ ਯਾਦ ਕਿ ਨਹੀਂ ਰਹੂਗਾ ਦੱਸੋ ਜੀ ਯਾਦ ਰਹੂਗਾ ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦੋ ਕਿ ਸਰ ਹੁਣ ਨਹੀਂ ਭੁੱਲਦਾ ਜੀ ਚਲੋ ਜੀ ਅਗਲਾ ਕੁਐਸਚਨ ਚੱਕੋ ਆਹ ਕੁਐਸਚਨ ਕੀ ਕਹਿੰਦਾ ਹੈ ਕਿ ਨਾ ਤ੍ਰੀ ਪਾਰਟੀ ਟ੍ਰੀਟੀ ਜਿਹੜੀ ਕਿ 1838 ਵਿੱਚ ਸਾਈਨ ਹੋਈ ਸੀਗੀ ਕਿਹਦੇ ਕਿਹਦੇ ਵਿਚਕਾਰ ਸਾਈਨ ਹੋਈ ਸੀਗੀ ਦੇਖੋ ਇੱਕ ਗੱਲ ਤਾਂ ਮੈਨੂੰ ਕੁਐਸਚਨ ਤੋਂ ਪਤਾ ਲੱਗ ਗਈ ਆ ਵੀ ਜਿਹੜੀ ਤ੍ਰੀ ਪਾਰਟੀ ਟ੍ਰੀਟੀ ਆ ਇਹ 1838 ਦੇ ਵਿੱਚ ਸਾਈਨ ਹੋਈ ਸੀਗੀ ਪਹਿਲਾ ਪੁਆਇੰਟ ਇੰਪੋਰਟੈਂਟ ਹੋ ਸਕਦਾ ਐਗਜ਼ਾਮੀਨਰ ਪੁੱਛੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਜਦੋਂ ਅਸੀਂ ਪੜ੍ਹਦੇ ਆ ਤਾਂ ਉਹਨਾਂ ਦੇ ਬਾਰੇ ਤਿੰਨ ਟ੍ਰੀਟੀਆਂ ਸਾਨੂੰ ਬਹੁਤ ਇੰਪੋਰਟੈਂਟ ਨੇ ਇੱਕ ਤਾਂ ਸਾਡੇ ਕੋਲੇ ਅੰਮ੍ਰਿਤਸਰ ਵਾਲੀ ਟ੍ਰੀਟੀ ਦੂਜੀ ਸਰ ਲਾਹੌਰ ਵਾਲੀ ਟ੍ਰੀਟੀ ਅਸੀਂ ਪੜ੍ਹੀ ਹੈ ਜੀ 1846 ਵਾਲੀ ਉਹਨਾਂ ਦੇ ਜਿਹੜੀ ਬੇਟੇ ਦੀ ਹੋਈ ਸੀਗੀ ਅ ਅੰਗਰੇਜ਼ਾਂ ਦੇ ਨਾਲ ਲੇਕਿਨ ਇਹ ਟ੍ਰੀਟੀ ਬਹੁਤ ਘੱਟ ਬੱਚਿਆਂ ਨੂੰ ਪਤਾ ਆ ਪਤਾ ਆ ਕਿ ਸਰ ਥ੍ਰੀ ਪਾਰਟੀ ਟ੍ਰੀਟੀ ਕਦੋਂ ਹੋਈ ਸੀਗੀ ਬਹੁਤ ਘੱਟ ਬੱਚਿਆਂ ਨੂੰ ਪਤਾ ਆ ਸੋ ਆਨਸਰ ਹੈਗਾ 1838 ਦੇ ਵਿੱਚ ਇਹ ਟ੍ਰੀਟੀ ਸਾਈਨ ਹੋਈ ਸੀਗੀ ਥ੍ਰੀ ਪਾਰਟੀ ਟ੍ਰੀਟੀ ਪਹਿਲਾ ਪੁਆਇੰਟ ਲਿਖ ਲਓ ਜਿਹਨੇ ਨਹੀਂ ਲਿਖਿਆ ਨੋਟ ਕਰ ਲਓ ਯੈਸ ਕਰ ਲਓ ਹੁਣ ਇਹਦਾ ਆਨਸਰ ਕੀ ਆਊਗਾ ਕਹਿੰਦੇ ਹੋਈ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਹੁਣ ਦੇਖੋ ਜਿੱਥੇ ਮਹਾਰਾਜਾ ਰਣਜੀਤ ਸਿੰਘ ਜੀ ਹੈਗੇ ਉਹ ਆਨਸਰ ਆਊਗਾ ਜਿੱਥੇ ਨਹੀਂ ਹੈਗਾ ਉਹ ਨਹੀਂ ਆਊਗਾ অপਸ਼ਨ ਨੰਬਰ ਬੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨਹੀਂ ਹੈਗੇ ਤਾਂ অপਸ਼ਨ ਨੰਬਰ ਬੀ ਆਨਸਰ ਨਹੀਂ ਆਊਗਾ ਸੋ ਉਦੋਂ ਬਾਅਦ অপਸ਼ਨ ਨੰਬਰ ਡੀ ਦੇ ਵਿੱਚ ਵੀ ਹੈਨੇਗਾ ਤਾਂ অপਸ਼ਨ ਨੰਬਰ ਡੀ ਵੀ ਨਹੀਂ ਆਊਗਾ ਸੋ ਏ ਜਾਂ ਸੀ ਦੇ ਵਿੱਚੋਂ ਕੁਝ ਆਨਸਰ ਹੋ ਸਕਦਾ ਹੈ ਸੋ ਇਹਦਾ ਆਨਸਰ ਹੁਣ ਯਾਦ ਕਰੋ ਦੋਸਤ ਮੁਹੰਮਦ ਖਾਨ ਤੁਸੀਂ ਨਾਮ ਸੁਣਿਆ ਹੋਊਗਾ ਕਿਹਨੇ ਕਿਹਨੇ ਨਾਮ ਸੁਣਾ ਲਿਖੋ ਯਾਰ ਯਸਰ ਅਸੀ ਸੁਣਿਆ ਜੀ ਇਹ ਵਾਲਾ ਨਾਮ ਦੋਸਤ ਮੁਹੰਮਦ ਖਾਨ ਜਦੋਂ ਸਿੱਧੂ ਮੂਸੇ ਵਾਲ ਉਹਦੇ ਵਿੱਚ ਜਦੋਂ ਮੈਂ ਹਰੀ ਸਿੰਘ ਨਲੂਆ ਬਾਰੇ ਦੱਸਿਆ ਸੀਗਾ ਤੇ ਹਰੀ ਸਿੰਘ ਨਲੂਆ ਦੀ ਤਾਂ ਬਣਦੀ ਨਹੀਂ ਸੀਗੀ ਲੜੇ ਸੀਗੇ ਇਹਨਾਂ ਦੇ ਵਿਰੁੱਧ ਤੇ ਇੱਥੇ ਅੰਗਰੇਜ਼ ਵੀ ਆ ਗਏ ਦੋਸਤ ਮੁਹੰਮਦ ਖਾਨ ਸੋ ਇਹ ਵੀ ਆਨਸਰ ਨਹੀਂ ਆ ਸਕਦਾ ਸੋ ਆਨਸਰ ਫਿਰ ਕੀ ਆਊਗਾ ਸੱਜੀ ਆਨਸਰ ਆਊਗਾ ਜੀ অপਸ਼ਨ ਨੰਬਰ ਏ ਆਊਗਾ ਕੀ ਆਊਗਾ ਲord ਓਕਲੈਂਡ ਰਣਜੀਤ ਸਿੰਘ ਤੇ ਸ਼ਾ ਸੌਜਾ ਕਿਉਂ ਕਿਉਂਕਿ ਲord ਹਾਰਡਿੰਗ ਤਾਂ ਮਹਾਰਾਜਾ ਦਲੀਪ ਸਿੰਘ ਜੀ ਦੇ ਟਾਈਮ ਤੇ ਸੀਗਾ ਤੁਹਾਨੂੰ ਇਹ ਵੀ ਪਤਾ ਆ ਪਤਾ ਕਿ ਨਹੀਂ ਪਤਾ ਕੌਣ ਸੀਗਾ ਲੋਰਡ ਹਾਰਡਨਿੰਗ ਕਦੋਂ ਸੀਗਾ ਸਰੇ ਤਾਂ ਬਾਅਦ ਚ ਸੀਗਾ ਜੀ ਇਹਨੇ ਇੱਕ ਹਾਰਡ ਜਿਹਾ ਕੰਮ ਕੀਤਾ ਸੀਗਾ ਕਿ ਲੋਰਡ ਹਾਰਡਨਿੰਗ ਉਹ ਵੀ ਸੀ ਨਾ ਜਿਹਨੇ ਹਾਰਡ ਜਿਹਾ ਕੰਮ ਕੀਤਾ ਸੀਗਾ 1911 ਦੇ ਵਿੱਚ ਸੋ ਕਿਵੇਂ ਇਹ ਆਨਸਰ ਬਣ ਸਕਦਾ ਸੀ ਵਾਲੇ ਹੁਣ ਮੈਂ ਕੀ ਸਿਖਾਇਆ ਆ ਮੈਂ ਤੁਹਾਨੂੰ ਇਹ ਸਿਖਾਇਆ ਸੀਗਾ ਕਿ ਇਹ ਇਦਾਂ ਦਾ ਕੁਐਸਚਨ ਆ ਧਿਆਨ ਨਾਲ ਸੁਣੋ ਮੇਰੀ ਗੱਲ ਮੈਂ ਕਿਉਂ ਕਹਿੰਨਾ ਉਹਨੇ ਕਲਾਸ ਜ਼ਰੂਰੀ ਹੈ ਲੈਣੀ ਕਿਉਂਕਿ ਇੱਥੇ ਮੈਂ ਸਿਖਾਉਣਾ ਚੀਜ਼ਾਂ ਆਨਸਰ ਕਿਵੇਂ ਕਰਨੀਆਂ ਹੁਣ ਤੁਸੀਂ ਇਹ ਸਿੱਖਿਓ ਕਿ ਜੇ ਸਾਡੇ ਕੋਲੇ ਇਨਫੋਰਮੇਸ਼ਨ ਹੈ ਚਾਹੇ ਥੋੜੀ ਜੀ ਇਨਫੋਰਮੇਸ਼ਨ ਹੈ ਤਾਂ ਮੈਂ ਉਹਦੇ ਨਾਲ ਕਿਵੇਂ ਆਨਸਰ ਸਹੀ ਕਰ ਸਕਦਾ ਜਾਂ ਸਹੀ ਕਰ ਸਕਦੀ ਹਾਂ ਇਹਨੂੰ ਅਸੀਂ ਕਹਿੰਦੇ ਆ ਸਰ ਜੀ ਇਲੀਮੀਨੇਸ਼ਨ ਮੈਥਡ ਸਮਝੇ ਮੇਰੀ ਗੱਲ ਨੂੰ ਤੁਹਾਡੇ ਕੋਲੇ ਜਿੰਨੀ ਵੀ ਇਨਫੋਰਮੇਸ਼ਨ ਹੈ ਉਸ ਇਨਫੋਰਮੇਸ਼ਨ ਨੂੰ ਯੂਜ਼ ਕਰਨਾ ਸਿੱਖੋ ਉਹਨੂੰ ਇੰਪਲੀਮੈਂਟ ਕਰਨਾ ਸਿੱਖੋ ਉਸ ਇੰਪਲੀਮੈਂਟ ਕਰਨ ਤੋਂ ਬਾਅਦ ਆਨਸਰ ਨਿਕਲਨੇ ਸਟਾਰਟ ਹੋਣਗੇ ਮੇਰਾ ਵਾਦਾ ਤੁਹਾਡੇ ਨਾਲ ਜੇ ਇਹ ਪਸੰਦ ਆਇਆ ਬਿਸਰ ਹਾਂਜੀ ਬਿਲਕੁਲ ਸਹੀ ਐ ਇੱਕ ਵਾਰ ਯਾਰ ਥੰਬਸ ਅਪ ਦਾ ਸਾਈਨ ਕਰ ਦੋ ਤੇ ਜਿਨ੍ਹਾਂ ਨੇ ਕਲਾਸ ਨੂੰ ਲਾਈਕ ਨਹੀਂ ਕੀਤਾ ਲਾਈਕ ਜ਼ਰੂਰ ਕਰ ਦਿਓ ਕਿ ਸਰ ਬਹੁਤ ਵਧੀਆ ਸੀਗਾ ਮੋਤੀਵਾਗ ਪਟਿਆਲੇ ਵਾਲੇ ਕਿਸ ਕਾਪੀ ਕਰਕੇ ਕਿਦਾਂ ਲਓ ਜੀ ਇਹ ਸੀਗੀ ਠੀਕ ਹੈ ਹੁਣ ਜਿਹੜਾ ਸ਼ਾ ਸੋਜਾ ਸੀਗਾ ਨਾ ਸ਼ਾ ਸ਼ਾ ਸੋਜਾ ਇੱਕ ਕੈਦ ਸੀਗਾ ਬੰਦਾ ਜੇ ਕੋਈ ਪੁੱਛੇ ਕਿੱਥੇ ਕੈਦ ਸੀਗਾ ਇਹਨੂੰ ਅੰਗਰੇਜ਼ਾਂ ਨੇ ਕੀਤਾ ਹੋਇਆ ਸੀਗਾ ਕੈਦ ਤੇ ਕੈਦ ਕਿੱਥੇ ਕੀਤਾ ਗਿਆ ਸੀਗਾ ਸਰਜੀਏ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਕੈਦ ਸੀਗਾ ਲੁਧਿਆਣੇ ਦੀ ਜੇਲ੍ਹ ਦੇ ਵਿੱਚ ਉੱਥੋਂ ਇਹਨੂੰ ਕੱਢ ਕੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਟ੍ਰੀਟੀ ਸਾਈਨ ਕੀਤੀ ਤੇ ਸ਼ਾਹ ਸੋਜਾਂ ਨੂੰ ਇਹ ਕਿਹਾ ਗਿਆ ਸੀਗਾ ਕਿ ਤੈਨੂੰ ਅਸੀਂ ਅਫਗਾਨਿਸਤਾਨ ਦਾ ਰਾਜਾ ਬਣਾਵਾਂਗੇ ਅੰਗਰੇਜ਼ ਕਹਿੰਦੇ ਸੀਗੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਤਾਂ ਇਹ ਅਸੀਂ ਟ੍ਰੀਟੀ ਸਾਈਨ ਕੀਤੀ ਸੀਗੀ ਠੀਕ ਆ ਹਾਂ ਹਾਰਡਿੰਗ ਗਵਰਨਰ ਉਹਦੇ ਟਾਈਮ 'ਚ ਮਹਾਰਾਜਾ ਦਲੀਪ ਸਿੰਘ ਜੀ ਦੇ ਟਾਈਮ ਦੇ ਉੱਤੇ ਪਹਿਲੀ ਲਾਹੌਰ ਦੀ ਟ੍ਰੀਟੀ ਦੇ ਟਾਈਮ ਦੇ ਉੱਤੇ ਸੋ ਇਸ ਕਰਕੇ ਇਹ ਅਨਸਰ ਨਹੀਂ ਸੀ ਆ ਸਕਦਾ ਤੁਲੋ ਬਾਦੀ ਗੱਲਾ ਸੋ ਇਹ ਸਾਨੂੰ ਪੁਆਇੰਟ ਐਕਸਟਰਾ ਪਤਾ ਹੋਣੇ ਚਾਹੀਦੇ ਨੇ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਉੱਤੇ ਆ ਮੈਪ ਜ਼ਰੂਰ ਦੇਖ ਲਓ ਜਿਹੜੀ ਟ੍ਰੀਟੀ ਬਾਰੇ ਹੈਗਾ ਸਾਨੂੰ ਇਹਨਾਂ ਚਲੋ ਆ ਉਹਦੀ ਡਿਟੇਲ ਲਿਖੀ ਹੋਈ ਆ ਵੀ ਟ੍ਰੀਟੀ ਕਦੋਂ ਸਾਈਨ ਹੋਈ ਸੀ ਕੀ ਲੋ ਹੁਣ ਆਪਾਂ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਉੱਤੇ ਆ ਚੱਕੋ ਜੀ ਗੁਰੂ ਗੋਬਿੰਦ ਸਿੰਘ ਆਇਲ ਰੈਫਾਇਨਰੀ ਹੈਜ਼ ਬੀਨ ਸੈਟ ਅਪ ਇਨ ਵਿਚ ਏਰੀਆ ਆਫ ਪੰਜਾਬ ਕਹਿੰਦੇ ਜੀ ਪੰਜਾਬ ਦੇ ਕਿਹੜੇ ਏਰੀਆ ਵਿੱਚ ਗੁਰੂ ਗੋਬਿੰਦ ਸਿੰਘ ਰੈਫਾਇਨਰੀ ਸੈਟ ਅਪ ਹੈ ਯਾਰ ਇੱਕ ਵਾਰ ਲਾਈਕ ਕਰ ਦਿਓ ਪਲੀਜ਼ ਦੇਖੋ ਤੁਸੀਂ ਇੱਕ ਵਾਰ ਆ ਤੁਹਾਨੂੰ ਲੱਗ ਰਿਹਾ ਨਾ ਵੀ ਕੰਟੈਂਟ ਹਮੇਸ਼ਾ ਗੈਟ ਹੁੰਦਾ ਡਿਟੇਲ ਦੇ ਵਿੱਚ ਆਪਾਂ ਪੜ ਰਹੇ ਹਾਂ ਸੋ ਜੇ ਹੈ ਕਿ ਸਰ ਹਾਂਜੀ ਬਿਲਕੁਲ ਸਹੀ ਆ ਤਾਂ ਇੱਕੋ ਯਾਰ ਲਾਈਕ ਜ਼ਰੂਰ ਕਰੋ ਦੇਖੋ ਇੱਕ ਵਾਰ ਥੋੜਾ ਜਿਹਾ ਲਾਈਕ ਵੱਲ ਝਾਤੀ ਮਾਰੋ ਕਿੰਨੇ ਕੁ ਲਾਈਕ ਹੋਏ ਨੇ ਸੋ ਲਾਈਕ ਬਹੁਤ ਜ਼ਿਆਦਾ ਅਜੇ ਘੱਟ ਨੇ ਲਾਈਕ ਜ਼ਰੂਰ ਕਰੋ ਸੋ ਇਹਦਾ ਆਨਸਰ ਆ ਜਾਊਗਾ ਜੀ ਆਪਸ਼ਨ ਨੰਬਰ ਸੀ ਬਠਿੰਡਾ ਇਜ਼ ਦਾ ਕਰੈਕਟ ਆਨਸਰ ਬਠਿੰਡਾ ਕਹਿੰਦੇ ਬਿਲਕੁਲ ਸਹੀ ਹੈ ਬਠਿੰਡਾ ਬਿਲਕੁਲ ਸਹੀ ਹੈ ਜੀ ਆਪਸ਼ਨ ਨੰਬਰ ਅ ਸੀ ਇਜ਼ ਦਾ ਕਰੈਕਟ ਆਨਸਰ ਲੋਸਾ ਜੇ ਆਪਾਂ ਗੱਲ ਕਰੀਏ ਕਹਿੰਦੇ ਇਹ ਬਠਿੰਡੇ ਦੇ ਕੋਲੇ ਇੱਕ ਪੈਂਡ ਆ ਫੁੱਲੋਖਾਰੀ ਪੈਂਡ ਕਰਕੇ ਠੀਕ ਹੈ ਫੁੱਲੋਖਾਰੀ ਪੈਂਡ ਉਹ ਪੈਂਡ 2 ਕਿਲੋਮੀਟਰ ਦੂਰ ਆ ਰਾਮਾ ਮੰਡੀ ਬਠਿੰਡੇ ਤੋਂ ਤੇ ਕਹਿੰਦੇ ਜੇ ਆਪਾਂ ਗੱਲ ਕਰੀਏ ਇਹ 10ਵੀਂ ਵੱਡੀ ਰੈਫਾਇਨਰੀ ਆ ਇੰਡੀਆ ਦੀ ਇਸ ਤੋਂ ਵੱਡੀਆਂ 9 ਨੇ ਇਸ ਰੈਫਾਇਨਰੀ ਦਾ ਕੰਮ ਸ਼ੁਰੂ ਹੋ ਗਿਆ ਸੀਗਾ 2008 ਦੇ ਵਿੱਚ ਅਤੇ ਬਣ ਕੇ ਤਿਆਰ ਹੋ ਗਈ ਸੀਗੀ 2012 ਦੇ ਵਿੱਚ ਮਤਲਬ ਨੇ ਆਪਰੇਸ਼ਨ ਕਹ ਦੋ ਨੀਂ ਪੱਥਰ ਕਹ ਦੋ ਸਟਾਰਟ ਹੋਇਆ ਸੀਗਾ 2008 ਦੇ ਵਿੱਚ ਬਣ ਕੇ ਤਿਆਰ ਹੋ ਗਈ 2012 ਦੇ ਵਿੱਚ ਤੇ ਇਹਨੇ ਮੁੜ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਹੋ ਸਕਦਾ ਜੇ ਵੀਰ ਪੁੱਛ ਲੈਣਾ ਕਿ ਸਰ ਜੀ ਇਹ ਕਦੋਂ ਬਣੀ ਸੀਗੀ ਸਾਲ ਵੀ ਪੁੱਛ ਸਕਦੇ ਨੇ ਸੋ ਸਾਲ ਵੀ ਆਪਾਂ ਦੇਖ ਲਾ 2008 ਇਸ ਦਾ கரੈਕਟ ਆਨਸਰ ਲਓ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰਦੇ ਆਂ ਆਨਸਰ ਪਹਿਲਾਂ ਲੱਗਾ ਜੀ ਹਾਂ ਉਹ ਮੈਂ ਸੁਣਾਇਆ ਨਾ ਵਾਰ ਸੌਂਗ ਦੇ ਵਿੱਚ ਮੈਂ ਵੀ ਕਿਹਾ ਹੋਵੇਗਾ ਹਰੀ ਸਿੰਘ ਨਲੂਆ ਜੀ ਬਾਰੇ ਉਹੀ ਸੀਗਾ ਜੀ ਲੋਜੀ ਕਰੋ ਇਹ ਤੁਹਾਨੂੰ ਪਤਾ ਲੱਗ ਗਿਆ ਨਾ ਵੈਸੇ ਪਹਿਲਾਂ ਹੀ ਤੁਸੀਂ ਹਿਸਾਬ ਜਲਾ ਲਿਆ ਹੁਣ ਕਹਿੰਦੇ ਕਿਹੜੀ ਕਮੇਟੀ ਜਿਹਨੇ ਪੰਜਾਬ ਸੈਟ ਰੀਆਰਗੇਨਾਈਜੇਸ਼ਨ ਐਕਟ ਫਾਰਮ ਕਰਵਾਇਆ ਸੀਗਾ ਸਰ ਬਿਲਕੁਲ ਸਹੀ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਨਹੀਂ ਕਿਉਂਕਿ ਕਿਹੜੀ ਸੀਗੀ ਸਰ ਉਹ ਸ਼ਾ ਕਮਿਸ਼ਨ ਬਣਿਆ ਸੀਗਾ ਜੀ ਸ਼ਾ ਕਮਿਸ਼ਨ ਜਦੋਂ ਬਣਾਇਆ ਗਿਆ ਸੀਗਾ ਉਦੋਂ ਬਾਅਦ ਫਿਰ ਇਹ ਸੀ ਕਾਨੂੰਨ ਬਣਾਇਆ ਸੀਗਾ ਤੇ ਪੰਜਾਬ ਨੂੰ ਡਿਵਾਈਡ ਕੀਤਾ ਸੀਗਾ ਹਰਿਆਣਾ ਤੇ ਪੰਜਾਬ ਦੇ ਵਿੱਚ ਚਲੋ ਉਹ ਤਾਂ ਸਮਝ ਲੈ ਹੁਕਮ ਸਿੰਘ ਕਮੇਟੀ ਕਾਹਦੇ ਨਾਲ ਸੰਬੰਧਿਤ ਹੈ ਫੈਜ਼ਲ ਅਲੀ ਕਮਿਸ਼ਨ ਕਦੋਂ ਬਣਿਆ ਸੀਗਾ ਤੇ ਜੀਵੀਪੀ ਕਮੇਟੀ ਕਦੋਂ ਬਣੀ ਸੀਗੀ ਇਹਨਾਂ ਬਾਰੇ ਵੀ ਮੈਨੂੰ ਜ਼ਰੂਰ ਦੱਸੋ ਤੇ ਕਾਦੇ ਨਾਲ ਸੰਬੰਧਤ ਸੀਗੇ ਸਰ ਜੀ ਜੇ ਮੈਂ ਗੱਲ ਕਰਾਂ ਹੁਕਮ ਸਿੰਘ ਕਮੇਟੀ ਇਹਦਾ ਸੰਬੰਧ ਤਾਂ ਪੰਜਾਬ ਤੇ ਹਰਿਆਣਾ ਦੇ ਡਿਵੀਜ਼ਨ ਨਾਲ ਹੀ ਹੈਗਾ ਨੋ ਡਾਊਟ ਬਟ ਇੱਕ ਇੰਪੋਰਟੈਂਟ ਪੁਆਇੰਟ ਹੈਗਾ ਕਿ ਪਾਰਲੀਮੈਂਟਰੀ ਕਮੇਟੀ ਸੀਗੀ ਜੇ ਕੋਈ ਪੁੱਛੇ ਨਾ ਕਿ ਕਿਹੜੀ ਕਮੇਟੀ ਸੀਗੀ ਸਰ ਜੀ ਪਾਰਲੀਮੈਂਟਰੀ ਕਮੇਟੀ ਓਕੇ ਫੈਜ਼ਲ ਅਲੀ ਕਮਿਸ਼ਨ ਸਾਲ 1953 ਚ ਬਣਿਆ ਸੀਗਾ ਇਨੇ ਆਪਦੀ ਰਿਪੋਰਟ 1955 ਵਿੱਚ ਜਮ੍ਹਾਂ ਕਰ ਦਿੱਤੀ ਸੀਗੀ ਇਨੇ ਕੀ ਕਿਹਾ ਸੀਗਾ ਇਨੇ ਕਿਹਾ ਸੀਗਾ ਕਿ ਨਹੀਂ ਵੀਡੀਓ ਵਾਈਟੀ ਦੇ ਨਹੀਂ ਹੈਗੇ ਜੀ ਡਿਟੇਲ ਵੀਡੀਓ ਨਹੀਂ ਹੈਗੇ ਵਾਈਟੀ ਦੇ ਪੰਜਾਬ ਜੀਕੇ ਦੀ ਠੀਕ ਹੈ ਉਸ ਤੋਂ ਬਾਅਦ ਕਹਿੰਦੇ ਇਨੇ ਕੀ ਕਿਹਾ ਸੀਗਾ ਇਨੇ ਕਿਹਾ ਸੀਗਾ ਕਿ ਯੈਸ ਅਸੀਂ ਇੰਡੀਆ ਨੂੰ ਯੈਸ ਅਸੀਂ ਇੰਡੀਆ ਨੂੰ ਭਾਸ਼ਾ ਦੇ ਆਧਾਰ ਤੇ ਵੰਡ ਸਕਦੇ ਹਾਂ ਇਹਨੇ ਇਹ ਕਿਹਾ ਸੀਗਾ ਫੈਜ਼ਲ ਅਲੀ ਕਮਿਸ਼ਨ ਨੇ ਜੀਵੀਵੀ ਕਮੇਟੀ ਦੀ ਫੁੱਲ ਫਾਰਮ ਕੀ ਆ ਸਰ ਜੇ 4 ਜਵਾਲਾਲ ਨਹਿਰੂ ਪੀ 4 ਅ ਜੇ ਫੋਰ ਜਵਾਲਾ ਲਹਿਰ ਬੀ ਫੋਰ ਬੱਲਵਈ ਪਟੇਲ ਤੇ ਪੀ ਫੋਰ ਪੱਟਾ ਬੀ ਸੀਤਾਰਮਈਆ ਠੀਕ ਹੈ ਇਹ ਕਮੇਟੀ ਬਣੀ ਸੀਗੀ 1948 ਦੇ ਵਿੱਚ ਲੋ ਜੀ ਸਾਨੂੰ ਪਤਾ ਹੋਵੇ ਇੱਕ ਧਾਰ ਕਮਿਸ਼ਨ ਆਇਆ ਸੀਗਾ ਧਾਰ ਕਮਿਸ਼ਨ ਇਹਨਾਂ ਤੋਂ ਵੀ ਪਹਿਲਾਂ ਬਣਿਆ ਸੀਗਾ ਸਭ ਤੋਂ ਪਹਿਲਾਂ ਧਾਰ ਕਮਿਸ਼ਨ ਆਇਆ ਸੀਗਾ ਫਿਰ ਜੀ ਵੀ ਬੀ ਕਮੇਟੀ ਫਿਰ ਫੈਜ਼ਲ ਨਲੀ ਕਮਿਸ਼ਨ ਉਸ ਤੋਂ ਬਾਅਦ ਸ਼ਾ ਕਮਿਸ਼ਨ ਆਪਣੇ ਵਾਲਾ ਠੀਕ ਹੈ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਲੋ ਜੀ ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਵੈਨ ਵਾਸ ਨਾਬਾ ਡੇ ਸੈਲੀਬ੍ਰੇਟਡ ਨਾਬਾ ਦਿਨ ਅਸੀਂ ਕਦੋਂ ਸੈਲੀਬ੍ਰੇਟ ਕਰਦੇ ਆ ਤੁਹਾਡੇ ਲਈ ਇੱਕ ਬਹੁਤ ਜਲਦੀ ਆ ਜਿਹੜੇ ਸਵਾਲ ਮੈਂ ਪੜਾ ਰਿਹਾ ਆ ਇਹ ਬਹੁਤ ਸੌਖੇ ਹੋ ਜਾਣੇ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਆਉਣ ਰਿਹਾ ਕਿਨੂ ਕਿਨੂ ਵੇਟ ਆ ਇੱਕ ਸਰਪ੍ਰਾਈਜ਼ ਦੀ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਂਗਾ ਬਹੁਤ ਜਲਦੀ ਤੁਹਾਡੇ ਲਈ ਪਰਵੀਨ ਕੱਲ ਆਪਾਂ ਸਹੀ ਕਰ ਲਿਆ ਬੱਚੇ ਉਹ ਹਾਂ ਉਸ ਕਲਾਸ ਥੋੜਾ ਜਿਹਾ ਸੀਗਾ ਕੱਲ ਵਾਲੀ ਕਲਾਸ ਚ ਬਿਲਕੁਲ ਸਹੀ ਕੀਤਾ ਵੈਸ਼ਨ ਮਾਤਾ ਦਾ ਬਿਲਕੁਲ ਸਹੀ ਆ ਉਹ ਗੁਰੂ ਅਮਰਦਾਸ ਜੀ ਹੀ ਆਊਗਾ ਨੋ ਡਾਊਟ ਠੀਕ ਹੈ ਸੋ ਆਨਸਰ ਕੀ ਹੈ ਸਾਡੇ ਕੋਲੇ ਆਨਸਰ ਕੀ ਹੈ ਜੀ ਸਾਡੇ ਕੋਲੇ ਕਹਿੰਦੇ ਤੁੱਕਾ ਲਾਣਾ ਦੱਸੋ ਕਿਹੜਾ ਤੁੱਕਾ ਲਾਣਾ ਆਪਸ਼ਨ ਨੰਬਰ ਏ 9 ਸਤੰਬਰ 1923 ਨੂੰ ਠੀਕ ਹੈ ਨਹੀਂ ਪ੍ਰਵੀਨ ਗੁਰੂ ਅਮਰਦਾਸ ਜੀ ਬਿਲਕੁਲ ਸਹੀ ਆ ਬੱਚੇ ਉਹ ਚ ਕੋਈ ਡਾਊਟ ਨਹੀਂ ਹੈਗਾ ਜਿਹੜਾ ਤੁਹਾਨੂੰ ਕਰਾਇਆ ਗਿਆ ਸੀਗਾ ਠੀਕ ਹੈ ਸੋ ਆਨਸਰ ਕੀ ਆ ਆਨਸਰ ਕੀ ਆਪਸ਼ਨ ਨੰਬਰ A ਇਜ਼ ਦਾ ਕਰੈਕਟ ਆਨਸਰ 9 ਸਤੰਬਰ 1923 ਇਜ਼ ਦਾ ਕਰੈਕਟ ਨਾਬਾ ਡੇ ਅਸ ਇਸ ਦਿਨ ਮਨਾਉਣੇ ਨੂੰ ਨੋਟ ਕਰ ਲਿਓ ਜੀ ਅਗਲਾ ਕੁਐਸਚਨ ਸਾਡੇ ਕੋਲੇ ਅਗਲਾ ਆ ਗਿਆ ਹੂ ਵਾਸ ਦਾ ਫਾਊਂਡਰ ਆਫ ਪੰਜਾਬ ਨੈਸ਼ਨਲ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਫਾਊਂਡਰ ਕੌਣ ਸੀਗੇ ਸਰ ਦਿਆਲ ਸਿੰਘ ਮਜੀਠਾ ਜੀ ਲਾਲਾ ਲਾਜਪਤ ਰਾਏ ਜੀ ਜਾਂ ਫਿਰ ਦੋਨੋਂ ਜਾਂ ਫਿਰ ਇਹਨਾਂ ਵਿੱਚੋਂ ਕੋਈ ਵੀ ਨਹੀਂ ਦੱਸੋ ਜੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਕਰੋ ਆਨਸਰ ਕਰੋ ਜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਯਾਰ ਇੱਕ ਵਾਰ ਲਾਈਕ ਕਰੋ ਦੇਖੋ ਅਜੇ ਤੱਕ ਵੀ 500 ਬੱਚੇ ਨੇ ਲਾਈਕ ਨਹੀਂ ਕੀਤਾ ਕਿੰਨੇ ਨੇ 500 ਬੱਚੇ ਨੇ ਸੋ 500 ਸਟੂਡੈਂਟ ਥੋੜਾ ਨਹੀਂ ਹੁੰਦਾ ਜੇ ਲਾਈਕ ਨਾ ਕਰੀਏ ਸੋ ਫਿਰ ਉਹੀ ਗੱਲ ਹੋ ਗਈ ਕੋਈ ਗਲਤ ਨਹੀਂ ਸੱਜਣਾ ਹੈਨਾ ਲਾਈਕ ਨਾ ਕਰਨਾ ਤੇ ਪੜਨਾ ਮਸਲੇ ਦਾ ਹਲਤ ਨਹੀਂ ਸੱਜਣਾ ਸੋ ਇੱਕ ਵਾਰ ਲਾਈਕ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਤੇ ਇੱਕ ਬੱਚਾ ਪੁੱਛ ਰਿਹਾ ਸੀਗਾ ਕਹਿੰਦੇ ਤੁਹਾਡੇ ਨੂੰ ਦੱਸੋ ਵੀ ਕਨਸਟੇਬਲ ਤੋਂ ਬਿਨਾ ਬਾਕੀ ਹੋਰ ਪੇਪਰ ਕਿਹਨੇ-ਕਿਹਨੇ ਭਰੇ ਆ ਚਾਹੇ ਤੁਸੀਂ ਲਾਈਵ ਦੇਖ ਰਹੇ ਹੋ ਚਾਹੇ ਰਿਕਾਰਡਡ ਦੇਖ ਰਹੇ ਹੋ ਇੱਕ ਗੱਲ ਮੈਨੂੰ ਜ਼ਰੂਰ ਦੱਸਿਓ ਵੀ ਤੁਹਾਡੇ ਚੋਂ ਬਿਨਾ ਪੰਜਾਬ ਜੀ ਕੇ ਤੋਂ ਹੋਰ ਪੇਪਰ ਕਿਹਨੇ ਕਿਹਨੇ ਕਿਹੜਾ ਕਿਹੜਾ ਭਰਿਆ ਹੈ ਜਾਂ ਆਉਣ ਵਾਲੇ ਪੇਪਰ ਭਰਨੇ ਨੇ ਇੱਕ ਵਾਰ ਜ਼ਰੂਰ ਦੱਸਿਓ ਇਹਦਾ ਆਨਸਰ ਬੱਚੇ ਜਿਨ੍ਹਾਂ ਨੇ ਲਾਲਾ ਲਾਜਪਤਰਾ ਲਾਇਆ ਬਿਲਕੁਲ ਗਲਤ ਹੈ ਇਹਦਾ ਆਨਸਰ ਆਜੂਗਾ ਜੀ অপਸ਼ਨ ਨੰਬਰ ਸੀ ਦਿਆਲ ਸਿੰਘ ਮਜੀਠਾ ਤੇ ਲਾਲਾ ਲਾਜਪਤਰਾ ਇਹ ਦੋਨੋਂ ਜਣੇ ਫਾਊਂਡਰ ਮੰਨੇ ਜਾਂਦੇ ਨੇ ਸਰ ਪੰਜਾਬ ਨੈਸ਼ਨਲ ਬੈਂਕ ਦੇ ਠੀਕ ਹੈ ਜੀ ਸੋ ਦੇਖੋ ਅੱਜ ਕੁਐਸਚਨ ਇਹ ਵੀ ਨਹੀਂ ਤੁਹਾਨੂੰ ਆਉਂਦੇ ਹੁਣ ਜਿਹੜੇ ਕਹਿੰਦੇ ਨੇ ਪੰਜਾਬ ਪੁਲਿਸ ਸੀ ਸਰ ਅਸੀਂ ਤਾਂ ਕੱਲਾ ਕਾਂਸਟੇਬਲ ਦਾ ਭਰਿਆ ਜੀ ਕਾਂਸਟੇਬਲ ਦਾ ਕੁਐਸਚਨ ਹੀ ਦੋ ਆਉਂਦੇ ਆ ਬਾਜੇ ਟਾਈਮ ਨੂੰ ਦੋ ਤਿੰਨ ਵੀ ਨਹੀਂ ਆਉਂਦੇ ਹੁੰਦੇ ਜਾਂ ਸਰ ਜੀ ਚਾਰ ਪੰਜ ਹੀ ਕੁਐਸਚਨ ਆਉਂਦੇ ਪੰਜਾਬ ਜੀ ਕਿਤੇ ਤਾਂ ਕੀ ਕਰੀਏ ਜੀ ਉਹ ਜੇ ਪੰਜ ਵੀ ਨਾ ਆਏ ਤੇ ਉਹਨਾਂ ਨੂੰ ਇੱਕ ਵਾਰ ਪੁੱਛ ਕੇ ਦੇਖੋ ਜਿਨ੍ਹਾਂ ਦਾ ਦੋ ਦੋ ਨੰਬਰ ਤੋਂ ਪੇਪਰ ਰਿਆ ਹੋਇਆ ਆਪੇ ਹੀ ਦੱਸਣਗੇ ਵੀ ਪੰਜ ਕੁਐਸਚਨ ਕਿੱਡੀ ਚੀਜ਼ ਹੁੰਦੀ ਆ ਭਾਈ ਠੀਕ ਹੈ ਸੋ ਜੇ ਸਿਲੈਕਸ਼ਨ ਲੈਣੀ ਆ ਪੰਜਾਬ ਜੀ ਕੇ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਹਰੇਕ ਪੇਪਰ ਚਾਉਂਦੀ ਹੈ ਜੀ ਆਨਸਰ ਸਾਡੇ ਕੋਲ অপਸ਼ਨ ਨੰਬਰ ਸੀ ਹੈ ਜੀ ਜਿਨ੍ਹਾਂ ਨੂੰ ਨਹੀਂ ਪਤਾ ਸੀਗਾ ਜਰੂਰ ਲਾ ਲਓ ਲੋ ਹੁਣ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਅਗਲਾ ਕੁਐਸਚਨ ਵਿਚ ਪਲੇਸ ਇਜ਼ ਨੋਨ ਐਸ ਦਾ ਨਰਸਰੀ ਆਫ ਫੁੱਟਬਾਲ ਭਾਈ ਕਿਹੜੀ ਜਗ੍ਹਾ ਨੂੰ ਅਸੀਂ ਨਰਸਰੀ ਆਫ ਫੁੱਟਬਾਲ ਦੇ ਨਾਮ ਨਾਲ ਜਾਣਦੇ ਹਾਂ ਕਿੰਨੇ ਕੁ ਸਹੀ ਨਿਕਲੇ ਅੱਜ ਬਹੁਤ ਗਲਤ ਨਿਕਲ ਰਿਹਾ ਨਾ ਅਜੇ ਸਹੀ ਹੋਈ ਨਹੀਂ ਰਹੇ ਕੋਈ ਚੱਕਰ ਨਹੀਂ ਹੋਣਗੇ ਹੌਲੀ ਹੌਲੀ ਸਾਡੇ ਸਾਰੇ ਕੁਐਸਚਨ ਸਹੀ ਹੋਣਗੇ ਬਸ ਇੱਕ ਵਾਰ ਤੁਸੀਂ ਹੁੰਦਾ ਨਾ ਦਿਲ ਦੇ ਵਿੱਚ ਬਾਬੇ ਦਾ ਨਾਲ ਲਏ ਕੇ ਲਾਈਕ ਕਰ ਦਿਓ ਜੀ ਸਰ ਜੀ ਲਾਈਕ ਕਰਤਾ ਜੀ ਇੱਕ ਵਾਰ ਲਾਈਕ ਕਰ ਦਿਓ ਉਦੋਂ ਬਾਅਦ ਮੈਂ ਬੈਠਾ ਤੁਹਾਡੇ ਸਵਾਲ ਸਹੀ ਕਰਾਉਣ ਨੂੰ ਕਹਿੰਦੇ ਨਰਸਰੀ ਉਹ ਫੁੱਟਬਾਲ ਕਹਿੰਨੇ ਜੀ ਆਪਾਂ ਮਹਿਲਪੁਰ ਨੂੰ ਕਿਹੜੇ ਜ਼ਿਲ੍ਹੇ ਚ ਆਉਂਦਾ ਕਿਹੜੇ ਜ਼ਿਲ੍ਹੇ ਚ ਆਉਂਦਾ ਦੱਸੋ ਜੀ ਕਿਹੜੇ ਜ਼ਿਲ੍ਹੇ ਚ ਆਉਂਦਾ ਤੇ ਆ ਫਗਵਾੜਾ ਕਿਹੜੇ ਜ਼ਿਲ੍ਹੇ ਚ ਆਉਂਦਾ ਮੈਨੂੰ ਇਹ ਵੀ ਦੱਸ ਦਿਓ ਸੰਸਾਰਪੁਰੋਂ ਦਾ ਸਰ ਜੀ ਦੁਆਬੇ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਕਿੱਥੇ ਦੁਆਬੇ ਦੇ ਹੁਸ਼ਿਆਰਪੁਰ ਦੇ ਵਿੱਚ ਦੁਆਬਾ ਦੁਆਬਾ ਹੁਸ਼ਿਆਰਪੁਰ ਤੇ ਜਿਵੇਂ ਮੈਂ ਗੱਲ ਕਰਾਂ ਫਗਵਾੜੇ ਦੀ ਇਹ ਕਪੂਰਥਲੇ ਜਿਲ੍ਹੇ ਦਾ ਹਿੱਸਾ ਆ ਫਗਵਾੜਾ ਜਿਹੜਾ ਇਹ ਕਪੂਰਥਲੇ ਜਿਲ੍ਹੇ ਦਾ ਹਿੱਸਾ ਆ ਠੀਕ ਹੈ ਉਸ ਤੋਂ ਬਾਅਦ ਐਸਐਸ ਨਗਰ ਦੀ ਗੱਲ ਕਰੀ ਦੀ ਫੁੱਲ ਫਾਰਮ ਕੀ ਐਸਐਸ ਨਗਰ ਦੀ ਸਰਜੀ ਐਸਐਸ ਫੁੱਲ ਦੀ ਫੁੱਲ ਫਾਰਮ ਹੈਗੀ ਆ ਸਹਬਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਅਸੀਂ ਮੋਹਾਲੀ ਵੀ ਕਹਿ ਦਿੰਨੇ ਆ ਜੀ ਕੀ ਕਹਿੰਨੇ ਆ ਸਰ ਮੋਹਾਲੀ ਵੀ ਕਹਿ ਦਿੰਨੇ ਆ ਲੋ ਜੀ ਅਗਲਾ ਕੁਐਸਚਨ ਸਾਡੇ ਕੋਲ ਆ ਗਿਆ ਆ ਕਹਿੰਦੇ ਥੇਅਰ ਇਜ਼ ਅ ਵਿਲੇਜ ਇਨ ਪੰਜਾਬ ਜਿਹਨੂੰ ਅਸੀਂ ਨਰਸਰੀ ਆਫ ਹਾਕੀਓਲੰਪੀਅਨਸ ਕਹਿੰਦੇ ਨੇ ਲੋ ਜੀ ਕਹਿੰਦੇ ਕੀ ਆ ਸਾਡੇ ਕੋਲੇ ਹਾਕੀ 올ੰਪੀయన్స్ ਦੀ ਨਰਸਰੀ ਕਹਿੰਦੇ ਆਪਾਂ ਨੂੰ ਉਹ ਕਿਹੜਾ ਸਾਡੇ ਕੋਲੇ ਕਿਹੜਾ ਸਾਡੇ ਕੋਲ ਜਿਹਨੂੰ ਅਸੀਂ ਹਾਕੀ 올ੰਪੀయన్స్ ਦੀ ਨਰਸਰੀ ਕਹਿ ਦਿੰਨੇ ਆ ਸਰਜੀ ਕਿਲਾ रायपुर ਹੈ ਸੰਸਾਰਪੁਰ ਹੈ ਦਸਾਂਝਾ ਹੈ ਜਾਂ ਫਿਰ ਹਰੀਪੁਰ ਖਾਲਸਾ ਹੈ ਕਿਹੜਾ ਸਰਜੀ ਸੰਸਾਰਪੁਰ ਹੈ ਜੀ ਤਾਂ ਪਤਾ ਆ ਸੋ অপਸ਼ਨ ਨੰਬਰ B ਇਜ਼ ਦਾ ਕਰੈਕਟ ਆਂਸਰ ਉਹ ਕਿਲਾ रायपुर ਵਾਹ ਜੀ ਵਾ ਦੱਸੋ ਪੋ ਲਿਗਟੇ ਡਾ ਹੀ ਨਹੀਂ ਪਾਸ ਹੁੰਦਾ ਇਹ ਤੁਹਾਨੂੰ ਪਤਾ ਬੋਲੇ ਗੱਡੇ ਦਾ ਕਿਉਂ ਇੱਥੇ ਬੈਠਾ ਆ ਇਹ ਹੁਣ ਨੂੰ ਸਿਲੈਕਟ ਹੋਇਆ ਹੁੰਦਾ ਕਿਤੇ ਨਾ ਕਿਤੇ ਵਾ ਕਮੀ ਕੀਆ ਵੀ ਇਹ ਵੀ ਗਲਤੀਆਂ ਬਹੁਤ ਕਰਦਾ ਕੀ ਕਮੀਆਂ ਇਹ ਵੀ ਗਲਤੀਆਂ ਬਹੁਤ ਕਰਦਾ ਸੋ ਜਿਹੜਾ ਗਲਤੀਆਂ ਕਰਦਾ ਹੁੰਦਾ ਨਾ ਉਹਦਾ ਕੰਮ ਹੋ ਜਾਂਦਾ ਔਖਾ ਸੰਸਾਰਪੁਰ ਕਿਹੜੇ ਜ਼ਿਲ੍ਹੇ ਚ ਆਉਂਦਾ ਸੰਸਾਰਪੁਰ ਕਿਹੜੇ ਜ਼ਿਲ੍ਹੇ ਚ ਆਉਂਦਾ ਸਰ ਜੀ ਸੰਸਾਰਪੁਰ ਆਉਂਦਾ ਹੈ ਜਲੰਧਰ ਜ਼ਿਲ੍ਹੇ ਵਿੱਚ ਇੱਥੇ ਜੀ ਜਲੰਧਰ ਜ਼ਿਲ੍ਹੇ ਚ ਠੀਕ ਹੈ ਜਲੰਧਰ ਜ਼ਿਲ੍ਹੇ ਚ ਆ ਕਿਲਾ ਰਾਏਪੁਰ ਕਿਸ ਚੀਜ਼ ਲਈ ਮਸ਼ਹੂਰ ਆ ਤੇ ਕਿਹੜੇ ਜ਼ਿਲ੍ਹੇ ਚ ਆਉਂਦਾ ਸਰ ਕਿਲਾ ਰਾਏਪੁਰ ਪੇਂਡੂ ਖੇਡ ਮੇਲੇ ਲਈ ਬਹੁਤ ਮਸ਼ਹੂਰ ਹੈ ਅਤੇ ਕਿਲਾ ਰਾਏਪੁਰ ਸਾਨੂੰ ਦੇਖਣ ਨੂੰ ਮਿਲਦਾ ਕਿੱਥੇ ਸਰ ਜੀ ਇਹ ਤਾਂ ਦੇਖਣ ਨੂੰ ਮਿਲਦਾ ਜੀ ਸਾਨੂੰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਆ ਲੋ ਜੀ ਅਗਲਾ ਕੁਐਸਚਨ ਉਦੋਂ ਪਹਿਲਾਂ ਸਾਰੀ ਡਿਟੇਲ ਲਿਖੇ ਜਿਹੜੀ ਮੈਂ ਦੱਸ ਚੁੱਕਾ ਆ ਹੁਣ ਆਪਾਂ ਚੱਲਦੇ ਜੀ ਅਗਲੇ ਕੁਐਸਚਨ ਦੇ ਉੱਤੇ ਯਾਰ ਕੀ ਆ ਹੈ ਇਹ ਹੁਣ ਦਾ ਆਨਸਰ ਦੇਖ ਲੈਣਾ ਤੁਸੀਂ ਚਲੋ ਕੋਈ ਨਹੀਂ ਦੇਖ ਲਿਆ ਹੋਣਾ ਇਮਾਨਦਾਰੀ ਨਾਲ ਆਨਸਰ ਦੇਖ ਕੇ ਇੱਥੋਂ ਨਾਲ ਦੇਖੋ ਆਪ ਹੀ ਕਰਿਓ ਦੇਖੋ ਕੀ ਹੈ ਸਾਡੇ ਕੋਲ ਕਹਿੰਦੇ ਵਿਚ ਆਫ ਦਾ ਫੋਲੋਇੰਗ ਕਮਾਂਡਸ ਆਫ ਇੰਡੀਅਨ ਆਰਮੀ ਕਿਹੜੀ ਇੰਡੀਅਨ ਆਰਮੀ ਦੀ ਕਮਾਂਡ ਆ ਉਹ ਕੁਐਸਚਨ ਤਾਂ ਪੜ੍ਹ ਲਓ ਸਿੱਧਾ ਜਾਂ ਆਨਸਰ ਲਿਖੀ ਜਾਂਦੇ ਹੋ ਸੱਚੀ ਦੱਸਿਓ ਕਿਹਨੇ ਦੇਖ ਕੇ ਆਨਸਰ ਕੀਤਾ ਸੀ ਕਿੱਡੀ ਸ਼ਤੀ ਐਡਾ ਵੱਡਾ ਕੁਐਸਚਨ ਪੜ੍ਹਨ ਨੂੰ ਟਾਈਮ ਲੱਗਦਾ ਮਾਮਾ ਵੀ ਮਿੰਟ ਜੀ ਕਰਤਾ ਆਨਸਰ हां वेस्टर्न कमांड आ चलो मान गए ठीक केड़ी है केड़ी आ पर याद रखियो केड़ी वे, कमांड आ कहंदे ये है की ਸਾਡੇ ਕੋਲ ਵੈਸਟਰਨ ਕਮਾਂਡ ਜਿਹੜੀ ਕਿ ਐਕਸਟਰਨਲ ਸਿਕਿਉਰਿਟੀ ਦੇ ਲਈ ਬਹੁਤ ਹੀ ਜ਼ਰੂਰੀ ਹੈ ਇੰਡੀਆ ਦੇ ਖਾਸ ਕਰ ਪੰਜਾਬ ਵਾਲੇ ਰੀਜਨ ਦੇ ਵਿੱਚ ਹੁਣ ਜਿਵੇਂ ਪੁੱਛਿਆ ਕਿ ਵੈਸਟਰਨ ਕਮਾਂਡ ਕਿਹੜੇ ਕਿਹੜੀ ਹੋਰ ਸਟੇਟ ਲਈ ਜ਼ਰੂਰੀ ਆ ਸਾਰੀ ਯਾਦ ਰੱਖਿਓ ਰਾਜਸਥਾਨ ਪੰਜਾਬ ਇਹਨਾਂ ਸਟੇਟਾਂ ਲਈ ਵੈਸਟਰਨ ਕਮਾਂਡ ਹੈ ਸਾਡੇ ਕੋਲੇ ਸੋ ਆਪਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਂਸਰ ਜਿਹਨੂੰ ਤੁੱਕਾ ਲਾਇਆ ਸੀ ਕੋਈ ਨਹੀਂ ਲੇਕਿਨ ਸਹੀ ਨਿਕਲ ਕੇ ਆਇਆ ਠੀਕ ਹੈ ਜੀ ਕੀ ਨਿਕਲ ਗਿਆ ਹੈ ਸਹੀ ਨਿਕਲ ਗਿਆ ਹੈ ਲਓ ਜੀ ਅਗਲਾ ਕੁਐਸਚਨ ਦੇਖੋ ਫਿਰ ਕਹਿੰਦੇ 기ਵਨ ਦਾ ਬਿਲੋ 4 ਇਵੈਂਟ ਸਿੱਖ ਹਿਸਟਰੀ ਦੇ ਵਿੱਚੋਂ 4 ਇਵੈਂਟ ਨੇ ਇਹਨਾਂ 4 ਇਵੈਂਟਾਂ ਦੇ ਨੂੰ ਕਹਿੰਦੇ ਤੁਸੀਂ ਕਰੋਨੋਲੋਜੀਕਲੀ ਸੈੱਟ ਕਰੋ ਇਹ ਦੱਸੋ ਵੀ ਪਹਿਲਾ ਇਵੈਂਟ ਕਿਹੜਾ ਹੋਇਆ ਉਸ ਤੋਂ ਬਾਅਦ ਚ ਕਿਹੜਾ ਹੋਇਆ ਤੇ ਉਸ ਤੋਂ ਬਾਅਦ ਚ ਕਿਹੜਾ ਹੋਇਆ ਹੁਣ ਸਾਨੂੰ ਪਤਾ ਲੱਗੂਗਾ ਬਿਲਕੁਲ ਸਹੀ ਕਿਹਦਾ ਆਉਂਦਾ ਤੇ ਗਲਤ ਕਿਹਦਾ ਲਾਓ ਜੀ ਕਰੋ ਆਨਸਰ ਲੱਗ ਜੂ ਪਤਾ ਕਰੋ ਸ਼ਾਬਾਸ਼ ਪੱਛਮੀ ਕਮਾਂਡ ਵਿੱਚ ਪੰਜਾਬੀ ਚ ਉਹਨੂੰ ਪੱਛਮੀ ਕਮਾਂਡ ਕਹਿੰਨੇ ਆ ਅ ਸਸਜੀ ਸੀਜੀਐਲ ਮੈਂ ਤੁਹਾਨੂੰ ਦੱਸੂਗਾ ਹਜੇ ਕੋਰਸ ਬਾਰੇ 2-4 ਦਿਨ ਰੁਕ ਜਾਓ ਸਪੈਸ਼ਲ ਪੰਜਾਬ ਜੀਕੇ ਲਈ ਕੁਝ ਲੈ ਕੇ ਆ ਰਿਹਾ ਮੈਂ ਬਹੁਤ ਕੁਝ ਲੈ ਕੇ ਆ ਰਿਹਾ ਤੁਹਾਡੇ ਲਈ ਦੇਖੋ ਬਹੁਤ ਜਲਦੀ ਪੰਜਾਬ ਜੀਕੇ ਦੀ ਇੱਕ ਇਦਾਂ ਦੀ ਚੀਜ਼ ਲੈ ਕੇ ਆ ਰਿਹਾ ਤੁਹਾਡੇ ਲਈ ਅ ਵੀ ਜਿਹੜੇ ਬੱਚੇ ਨੂੰ ਜਿਹੜਾ ਮੈਨੂੰ ਸੁਣਨਾ ਚਾਹੁੰਦਾ ਆ ਉਹਦੇ ਲਈ ਵੀ ਹੋਊਗਾ ਹੁੰਦਾ ਨਾ ਵੀ ਸਰ ਮੈਂ ਇਹ ਸੁਣ ਕੇ ਮੈਨੂੰ ਵਧੀਆ ਪੜਾਣ ਨੂੰ ਮਿਲਦਾ ਜੀ ਜਿਹੜੇ ਬੱਚਾ ਨਾ ਸਰ ਦੇਖ ਕੇ ਪੜ੍ਹ ਕੇ ਵਧੀਆ ਉਹ ਦੇਖਣ ਨੂੰ ਵੀ ਉਹਨੂੰ ਚੀਜ਼ ਮਿਲੂਗੀ ਬਹੁਤ ਕੁਝ ਆ ਰਿਹਾ 2-4 ਦਿਨ ਵੇਟ ਕਰ ਲਿਓ 4-5 ਦਿਨ ਤੁਹਾਡੇ ਲਈ ਬਹੁਤ ਵਧੀਆ ਕੁਛ ਆ ਰਿਹਾ ਪੰਜਾਬ ਜੀ ਕੇ ਮਤਲਬ ਇੰਨਾ ਵਾਦਾ ਕਰ ਦਿੰਦਾ ਕਿ ਉਦੋਂ ਬਾਅਦ ਪੰਜਾਬ ਜੀ ਕੇ ਜਿਹੜੇ ਮਰਜੀ ਪੇਪਰ ਚ ਆ ਜਵੇ ਤੁਸੀਂ ਕਹਿ ਦਿਓ ਵੀ ਆ ਸਾਡੀ ਸ਼ਰਤ ਲੱਗ ਗਈ ਆ ਗਲਤ ਕਰਕੇ ਦਿਖਾਓ ਸਾਡਾ ਸਵਾਲ ਅਸੀਂ ਖੜੇ ਆ ਜੀ ਇਦਾਂ ਦਾ ਕਰ ਜੂਗਾ ਸੋ ਬੱਚੇ ਕਹਿ ਰਹੇ ਨੇ ਜੀ ਆਪਸ਼ਨ ਦੇਖੋ ਹੁਣ ਮੈਂ ਤੁਹਾਨੂੰ ਇਹਦਾ ਆਨਸਰ ਦੱਸਦਾ ਕਿਵੇਂ ਹੋਗਾ ਛੋਟਾ ਕੱਲੂਗਾ ਦਾ ਕਦੋਂ ਹੋਇਆ ਸੀਗਾ ਸਰ ਥੋੜਾ ਥੋੜਾ ਜਾਦਾ ਜੀ ਕਦੋਂ ਹੋਇਆ ਸੀਗਾ ਦੱਸੋ ਜੀ 1746 ਦੀ ਗੱਲ ਆ ਜੀ ਸਹੀ ਆ ਕਿ ਗਲਤ ਆ ਛੋਟਾ ਕੱਲੂ ਘਰਾ ਕਦੋਂ ਹੋਇਆ ਸੀਗਾ ਸਰ 1746 ਦੇ ਵਿੱਚ ਓਕੇ ਜੀ ਉਸ ਤੋਂ ਬਾਅਦ ਕਹਿੰਦੇ ਸਰ ਭਾਈ ਮਨੀ ਸਿੰਘ ਸਾਨੂੰ ਪਤਾ ਨਹੀਂਗਾ ਜੀ ਚਲੋ ਮੰਨ ਲੈਂਦੇ ਨੇ ਵੱਡਾ ਕੱਲੂ ਘਰਾ ਸਰ 1762 ਦੇ ਵਿੱਚ ਜੀ ਓਕੇ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਸਰ 1716 ਦੇ ਵਿੱਚ ਠੀਕ ਆ ਜੀ ਹੁਣ ਜੇ ਤੁਹਾਨੂੰ ਭਾਈ ਮਨੀ ਸਿੰਘ ਨਹੀਂ ਪਤਾ ਇੱਕ ਵਾਰ ਆਨਸਰ ਲਾ ਕੇ ਦੇਖੋ ਇਦਾਂ ਆਉਂਦਾ ਸਭ ਤੋਂ ਪਹਿਲੀ ਘਟਨਾ ਕਹਿੰਦੇ ਮੈਨੂੰ ਚੌਥੇ ਨੰਬਰ ਵਾਲੀ ਲੱਗਦੀ ਆ ਤੇ ਚੌਥੇ ਨੰਬਰ ਇੱਥੇ ਕਿੱਥੇ ਆ ਸਾਡੇ ਕੋਲੇ ਆਹਾ ਆ ਤੇ ਜਾਂ ਮੈਨੂੰ ਸਭ ਤੋਂ ਬਾਅਦ ਵਾਲੀ ਵੱਡਾ ਕੱਲੂ ਘਰ ਆ ਲੱਗਦਾ ਮੇਰੇ ਕੋਲ ਆਨਸਰ ਸ਼ਾਇਦ ਕਹਿੰਦੇ ਜੀ ਆਹਾ ਆ ਸਕਦਾ ਕਿਹੜਾ ਜੀ ਸਰ ਬੀ ਆ ਸਕਦਾ ਲੇਕਿਨ ਜੇ ਮੈਂ ਦੇਖਾਂ ਭਾਈ ਮਨੀ ਸਿੰਘ ਜੀ ਬਾਰੇ ਤਾਂ ਕਹਿੰਦੇ ਭਾਈ ਮਨੀ ਸਿੰਘ ਜੀ ਨੂੰ ਜਿਹੜਾ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਇਹ ਖਬਰ ਹੈਗੀ ਆ 1700 ਨਹੀਂ 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 ਇਹ ਕਦੋਂ ਦੀ ਗੱਲ ਆ ਹਾਂ 1700 1700 37 38 ਦੀ ਗੱਲ ਆ 37 ਦੀ ਗੱਲ ਆ 1737 36 ਜਿੱਥੇ ਦੀ ਗੱਲ ਆ ਸੋ ਹੁਣ ਦੇਖੋ ਆਨਸਰ ਕੀ ਆਊਗਾ ਜੀ ਹੁਣ ਦੇਖੋ ਸਰ 4 2 1 3 ਤੇ ਜਿਨ੍ਹਾਂ ਨੇ ਬੀ ਆਪਸ਼ਨ ਲਾਇਆ ਬਿਲਕੁਲ ਸਹੀ ਹੈ ਲਓ ਜੀ ਕੀ ਹੈ ਸਾਡੇ ਕੋਲੇ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਹੈ ਜੀ ਹੋ ਗਿਆ ਜੀ ਆ ਗਿਆ ਨਜ਼ਾਰਾ ਸੋ ਕਈ ਵਾਰ ਹਾਂ 1737 38 ਦੀ ਗੱਲ 37 38 ਦੀ ਗੱਲ 173 ਵਿੱਚ ਭਾਈ ਮਨੀ ਸਿੰਘ ਜੀ ਕਿਉਂਕਿ ਅਲੱਗ-ਅਲੱਗ ਸੋਰਸ ਨੇ ਸਾਡੇ ਕੋਲ ਅਲੱਗ-ਅਲੱਗ ਸੋਰਸ ਤੇ ਦੱਸਿਆ ਗਿਆ ਸੀਗਾ ਸੋ ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਇਸ ਤਰੀਕੇ ਨਾਲ ਅਸੀਂ ਕਹਿੰਦੇ ਜੀ ਕਰਨਾ ਹੈ ਲੋ ਜੀ ਅਗਲਾ ਕੁਐਸਚਨ ਛੋਟਾ ਕੱਲੂਗਾਰ ਅਸੀਂ ਦੇਖ ਚੁੱਕੇ ਹਾਂ ਹਾਂ ਜੀ ਕਿੱਥੇ ਹੋਇਆ ਸੀਗਾ ਛੋਟਾ ਕੱਲੂਗਾਰ ਸਰ ਕਾਨੂੰਵਾਨ ਜਿਲ੍ਹਾ ਕਿਹੜਾ ਸੀਗਾ ਜੀ ਗੁਰਦਾਸਪੁਰ ਚਲੋ ਮੈਂ ਵਾਪਸ ਇੱਥੇ ਪੁੱਛਦਾ ਮੈਨੂੰ ਇਹ ਦੱਸੋ ਛੋਟਾ ਕੱਲੂਗਾਰ ਕਿੱਥੇ ਹੋਇਆ ਸੀਗਾ ਠੀਕ ਹੈ ਵੱਡਾ ਕੱਲੂਗਾਰ ਕਿੱਥੇ ਹੋਇਆ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਕਿੱਥ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਤਾਂ ਲਾਹੌਰ ਦੇ ਕਿਸੇ ਏਰੀਆ ਵਿੱਚ ਇਥੇ ਮੈਂ ਦੱਸਿਆ ਸੀਗਾ ਠੀਕ ਹੈ ਹਾਂ ਲਾਹੌਰ ਚ ਹੋਈ ਸੀ ਲਾਹੌਰ ਚ ਹੋਈ ਸੀ ਇਹਨਾਂ ਦੀ ਸ਼ਹੀਦੀ ਤੇ ਵੱਡਾ ਕੱਲੂਕਾਰਾ ਕਹਿੰਦੇ 1762 ਦੇ ਵਿੱਚ ਮਲੇਰਕੋਟਲੇ ਛੋਟਾ ਕੱਲੂਕਾਰਾ ਸਾਡੇ ਕੋਲੇ ਕਾਨੂੰ ਆਣ ਅਸੀਂ ਹੁਣੇ ਦੇਖ ਕੇ ਹਟਿਆ ਜੀ ਠੀਕ ਹੈ ਤੇ ਗੁਰਦਾਸਪੁਰ ਦਾ ਏਰੀਆ ਹੋ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਿੱਲੀ ਵਿੱਚ ਹੋਈ ਸੀਗੀ ਇਹ ਸਾਰੇ ਇੰਪੋਰਟੈਂਟ ਪੁਆਇੰਟ ਨੇ ਜਿਹੜੇ ਮੈਨੂੰ ਪਤਾ ਹੋਣੇ ਚਾਹੀਦੇ ਨੇ ਇਹ ਡਿਟੇਲ ਇੱਥੇ ਲਿਖੀ ਗਈ ਆ ਤੁਹਾਨੂੰ ਏਦਾਂ ਹੀ ਇਹਦੀ ਪੀਡੀਐਫ ਵੀ ਜ਼ਰੂਰ ਮਿਲ ਜੂਗੀ ਲੋਸਰ ਅਗਲਾ ਕੁਸ਼ਨ ਯਾਰ ਕੀ ਹੈ ਇਹ ਮੈਜਨਾ ਕਰਨਾ ਹੀ ਨਹੀਂ ਅੱਜ ਓਪਿਆ ਉਹੀ ਛੇੜੀ ਛੇੜੀ ਆਨਸਰ ਦੱਸੀ ਜਾਂਦਾ ਚਲੋ ਕੋਈ ਨਹੀਂ ਆਹ ਕੁਐਸਚਨ ਪੜੋ ਕਹਿੰਦੇ ਇਹਨਾਂ ਵਿੱਚੋਂ ਆਪਾਂ ਦੋਵਾਲ ਦੀ ਜਿਹੜੀ ਬੈਟਲ ਹੋਈ ਸੀਗੀ ਉਹਦੇ ਵਿੱਚ ਨਾਇਕ ਕੌਣ ਸੀਗੇ ਮਤਲਬ ਆਪਾਂ ਦੋਵਾਲ ਦੀ ਲੜਾਈ ਦੇ ਵਿੱਚ ਬਹੁਤ ਵੱਡੇ ਸੂਰਮੇ ਕੌਣ ਸੀਗੇ ਕੌਣ ਸੀਗਾ ਜੀ ਲਓ ਜੀ ਸ਼ਾਬਾਸ਼ ਸ਼ਾਬਾਸ਼ ਮਾੜਾ ਦੱਸ ਦੇਣਾ ਤੁਸੀਂ ਬੜੇ ਖਰਾਬ ਹੋ ਹੁਣ ਇੱਕ ਵਾਰ ਯਾਰ ਦੇਖੋ ਠੀਕ ਆ ਅਨਸਰ ਕਰ ਰਹੇ ਹੋ ਬਹੁਤ ਚੰਗੇ ਇੱਕ ਵਾਰ ਲਾਈਕ ਦੇਖੋ ਮਾੜਾ ਜੇ ਕਿੰਨੇ ਆ ਲਾਈਕ ਕਿੰਨੇ ਆ ਤੇ ਲਾਈਵ ਕਿੰਨੇ ਆ ਇੱਕ ਵਾਰ ਆਪ ਦੇਖ ਲਿਓ ਮਾੜਾ ਜਾਂ ਸੋ ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ ਕਲਾਸ ਨੂੰ ਲਾਈਕ ਜ਼ਰੂਰ ਕਰ ਦਿਓ ਨਾਲੇ ਮੈਂ ਲਿਖ ਦਿੰਦਾ ਆ ਵੀ ਕਾਟੋ ਕਾਟੋ ਜੀ ਕਾਟੋ ਕਾਟੋ ਆਨਸਰ ਸਾਡੇ ਕੋਲ ਕੀ ਆ ਜੂਗਾ ਸਰ ਆਨਸਰ ਆ ਗਿਆ ਜੀ অপਸ਼ਨ ਨੰਬਰ ਵੀ ਰਣਜੋਤ ਸਿੰਘ ਮਜੀਠਾ ਇਹਨਾਂ ਦਾ ਪੂਰਾ ਨਾਮ ਹੈ ਮੈਨੂੰ ਇਹਨਾਂ ਦੱਸੋ ਵੀ ਜਿਹੜੀ ਭੱਦੋਵਾਲ ਵਾਲੀ ਲੜਾਈ ਆ ਇਹ ਕਿਹੜੀ ਐਂਗਲੋ ਸਿੱਖ ਵਾਰ ਦਾ ਹਿੱਸਾ ਸੀਗਾ ਪਹਿਲੀ ਦਾ ਜਾਂ ਫਿਰ ਦੂਜੀ ਦਾ ਪਹਿਲੀ ਦਾ ਜਾਂ ਫਿਰ ਦੂਜੀ ਦਾ ਦੱਸੋ ਜੀ ਰਾਜਵੀਰ ਸਿੰਘ ਨੇ ਤਾਂ ਦੱਸ ਦਿੱਤਾ ਹੈ ਵੈਰੀ ਗੁੱਡ ਕਹਿੰਦੇ ਸਰ ਜੀ ਇਹ ਪਹਿਲੀ ਐਂਗਲੋ ਸਿੱਖ ਵਾਰ ਦਾ ਹਿੱਸਾ ਸੀਗਾ ਜੀ ਇਹ ਕਦੋਂ ਹੋਈ ਸੀਗੀ ਇਹ ਕਿਸੇ ਨੂੰ ਪਤਾ ਕਦੋਂ ਹੋਈ ਸੀਗੀ ਕਦੋਂ ਹੋਈ ਸੀਗੀ 1846 ਦੇ ਵਿੱਚ ਬਿਲਕੁਲ ਸਹੀ ਆ ਜੀ ਵੈਰੀ ਗੁੱਡ ਵੈਰੀ ਗੁੱਡ ਡੇਟ ਕਿਸੇ ਨੂੰ ਪਤਾ ਹੋਵੇ ਦੀ ਕਿਸੇ ਨੂੰ ਡੇਟ ਪਤਾ ਹੋਵੇ ਚਲੋ ਜੀ ਜਨਵਰੀ ਆ ਰਿਹਾ ਬਿਲਕੁਲ ਸਹੀ ਆ ਚਲੋ ਠੀਕ 21 ਜਨਵਰੀ ਬਿਲਕੁਲ ਸਹੀ ਆ ਜੀ ਅਗਦ ਲੋ ਅਗਲਾ ਕੁਐਸਚਨ ਆ ਗਿਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਕੰਕਰ ਕੀਤੇ ਸੀਗੇ ਮਤਲਬ ਜਿੱਤੇ ਸੀਗੀ ਟੈਰੀਟਰੀਜ਼ ਕਿਹੜੇ-ਕਿਹੜੇ ਰੂਲਰ ਤੋਂ ਲੋ ਇਹ ਕੰਟੈਂਟ ਤੁਹਾਨੂੰ ਮੈਂ ਦੱਸੂਗਾ ਵੀ ਕਿੱਥੋਂ ਆ ਰਿਹਾ ਸੋਚੋ ਆਹ ਲੈਵਲ ਦਾ ਕੰਟੈਂਟ ਤੁਹਾਡੇ ਫਤਿਹ ਸਰ ਲੈ ਕੇ ਆ ਰਹੇ ਨੇ ਤਾਂ ਇਹ ਤੁਹਾਨੂੰ ਆਪਾਂ ਕੰਟੈਂਟ ਦੇ ਦੇਣਾ ਬਹੁਤ ਸ਼ੇਤੀ ਹੁਣ ਬਹੁਤ ਸ਼ੇਤੀ ਤੁਹਾਨੂੰ ਸਾਰਾ ਕੁਝ ਕੰਟੈਂਟ ਦੇ ਦੇਣਾ ਆਪਾਂ ਟੈਨਸ਼ਨ ਨਾ ਲਓ ਠੀਕ ਆ ਹਾਂ ਦੱਸੋ ਜੀ ਮੈਂ ਕਹਿ ਰਿਹਾ ਆ ਤੁਹਾਡੇ ਲਈ ਕਿਦਾਂ ਦੀ ਚੀਜ਼ ਲੈ ਕੇ ਆਉਂਗਾ ਪੰਜਾਬ ਜੀ ਕਿ ਤੁਸੀਂ ਕਹੋਗੇ ਵੀ ਜਿੱਥੋਂ ਮਰਜੀ ਜਿੱਦਾਂ ਮਰਜੀ ਔਖਾ ਸਵਾਲ ਪੁੱਛ ਲਓ ਸਾਨੂੰ ਆਨਸਰ ਆਉਂਦਾ ਹੋਊਗਾ ਜੀ ਪੜ੍ਹ ਲਓ ਅੰਮ੍ਰਿਤਸਰ ਤੋਂ ਕੋਣ ਦੇ ਕੌਣ ਸੀਗੇ ਰੂਲ ਕਰਦਾ ਉਦੋਂ ਬਾਅਦ ਮੁਲਤਾਨ ਦਾ ਰੂਲਰ ਕੌਣ ਸੀਗਾ ਉਹ 21 ਜੂਨ ਵਾਲਾ ਕਿਹੜਾ ਆ ਗਿਆ 21 ਜੂਨ ਭਰਾਵਾ 21 ਜੂਨ ਨੂੰ ਨਹੀਂ ਸੀ ਹੋਈ ਭੱਦੋਵਾਲਾ ਦੀ ਲੜਾਈ 21 ਜਨਵਰੀ ਆ ਉਹ ਬਾਬਾ ਜੀ 21 ਜਨਵਰੀ ਆ ਜੀ 21 ਜਨਵਰੀ 1846 ਆ ਜੀ ਠੀਕ ਹੈ ਤੇ ਉਸ ਤੋਂ ਬਾਅਦ ਕਹਿੰਦੇ ਕਸ਼ਮੀਰ ਕਿਹਦੇ ਕੋਲ ਸੀਗਾ ਤੇ ਪੇਸ਼ਾਵਰ ਕਿਹਦੇ ਕੋਲ ਸੀਗਾ ਸਰ ਜੀ ਅੰਮ੍ਰਿਤਸਰ ਤਾਂ ਮੇਰੇ ਯਾਦ ਆ ਜੀ ਮਾਈ ਸੁਖੋ ਕੋਲ ਸੀਗਾ ਪਹਿਲੇ ਦਾ ਡੀ ਆਜੂਗਾ ਤੇ ਪਹਿਲੇ ਦਾ ਡੀ ਕਿੱਥੇ ਆ ਸਾਰੇ ਦਾ ਡੀ ਚ ਹੀ ਆ ਕੱਲਾ ਕਿੱਥੇ ਆ ਜੀ ਇਹ ਤਾਂ ਫਿਰ ਡੀ ਚ ਹੀ ਆ ਸੋ ਆਪਸ਼ਨ ਕੀ ਆ ਗਿਆ ਓਹੋ ਹੋ ਇੰਨਾ ਸੌਖਾ ਸਵਾਲ ਇਹ ਤਾਂ ਸਾਨੂੰ ਆ ਗਿਆ ਜੀ ਆਪਸ਼ਨ ਨੰਬਰ ਡੀ ਇਜ਼ ਦਾ ਐਗਜ਼ੈਕਟ ਆਨਸਰ ਕਰੈਕਟ ਆਨਸਰ ਲੇਕਿਨ ਬਾਕੀ ਵੀ ਮੈਨੂੰ ਪਤਾ ਹੋਣੇ ਚਾਹੀਦੇ ਨੇ ਤੇ ਉਹ ਅਸੀਂ ਇੱਥੇ ਲਿਖੇ ਹੋਏ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਪੜ੍ਹਨਾ ਹੈ ਕਿਉਂਕਿ ਮੈਨੂੰ ਜੇ ਇੱਕ ਵੀ ਪਤਾ ਸੀ ਨਾ ਤਾਂ ਵੀ ਮੇਰਾ ਆਨਸਰ ਆ ਗਿਆ ਇੱਕ ਵੀ ਪਤਾ ਸੀ ਤਾਂ ਵੀ ਮੇਰਾ ਆਨਸਰ ਆ ਗਿਆ ਹੈ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਅਗਲਾ ਕੁਐਸਚਨ ਸਾਡੇ ਕੋਲ ਚੱਕੋ ਕੰਸੀਡਰ ਦਾ ਫੋਲੋਇੰਗ ਸਟੇਟਮੈਂਟ ਕਹਿੰਦੇ ਨੀਚੇ ਲਿਖੀਆਂ ਸਟੇਟਮੈਂਟ ਨੂੰ ਪੜੋ ਤੇ ਇਹਦਾ ਆਨਸਰ ਕਰੋ ਜੀ ਦੱਸੋ ਜੀ मास्टर एजुकेशन क्या कार बच्चे गल करते लो जी शाबाश बिल्कुल सही आंसर की है जी ऑप्शन नंबर ए इज द करैक्ट आंसर भाई कि आंसर है ऑप्शन नंबर ए ਸਰ ਕਹਿੰਦੇ ਜੀ ਕੀ ਕਹਿ ਰਿਹਾ ਸਰ ਮਿਸਮੈਚ ਹੋ ਗਏ ਨੇ ਪ੍ਰਿਆ ਸ਼ਰਮਾ ਕਿਹੜੇ ਵਾਲੇ ਮਿਸਮੈਚ ਹੋਏ ਨੇ ਬੱਚੇ ਉਹ ਜਿਹੜਾ ਨਾਰਥ ਵੈਸਟਾ ਕਹਿ ਰਿਹਾ ਉਹਦਾ ਸਿੰਧ ਹੀ ਆਊਗਾ ਜੀ ਨਹੀਂ ਨਾਰਥ ਵੈਸਟ ਆ ਹੀ ਨਹੀਂ ਸਕਦਾ ਗਲਤ ਆ ਉਹਨਾਂ ਦਾ ਸਿਸਟਾ ਨਾਰਥ ਵੈਸਟ ਰੋਂਗ ਆਹੋ ਸਿੰਧ ਸਾਡੇ ਕੋਲ ਆਊਗਾ ਠੀਕ ਹੈ हां ਕਿਉਂਕਿ ਇਮੀਡੀਏਟ ਸਕਸੈਸਰ ਦਾ ਮਹਾਰਾਜਾ ਖੜਕ ਸਿੰਘ ਸੀਗੇ ਨਾ ਰਣਜੀਤ ਸਿੰਘ ਦਾ ਇਹਨਾਂ ਦੇ ਨੌਨ ਹਾਲ ਸਿੰਘ ਤਾਂ ਨਹੀਂ ਸੀਗੇ ਚਲੋ ਜੀ ਅਗਲੇ ਕੁਐਸਚਨ ਦੇ ਉੱਤੇ ਅਗਲਾ ਕੁਐਸਚਨ ਸਾਡੇ ਕੋਲੇ ਆ ਲੋ ਕਹਿੰਦੇ ਗਿਆਨ ਸੱਚਰ ਫਾਰਮੂਲਾ ਜਿਹੜਾ ਬਣਾਇਆ ਗਿਆ ਸੀਗਾ ਗਿਆਨ ਸੱਚਰ ਫਾਰਮੂਲਾ ਜਿਹੜਾ ਤਿਆਰ ਕੀਤਾ ਗਿਆ ਸੀਗਾ ਉਹ ਕਿਹਦੇ ਦੁਆਰਾ ਤਿਆਰ ਕੀਤਾ ਗਿਆ ਸੀਗਾ ਸਰ ਭੀਮ ਸਿੰਘ ਸੱਚਰ ਤੇ ਗਿਆਨੀ ਗੁਰਬਚਨ ਸਿੰਘ ਦੁਆਰਾ ਜਾਂ ਫਿਰ ਭੀਮ ਸਿੰਘ ਸੱਚਰ ਤੇ ਗਿਆਨੀ ਜੈਲ ਸਿੰਘ ਦੁਆਰਾ ਜਾਂ ਫਿਰ ਭੀਮ ਸੇਨ ਸੱਚਰ ਤੇ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੁਆਰਾ ਤੇ ਜਾਂ ਫਿਰ ਭੀਮ ਸੇਨ ਸੱਚਰ ਤੇ ਗਿਆਨੀ ਕਰਤਾਰ ਸਿੰਘ ਦੁਆਰਾ ਕਿਹਦੇ ਦੁਆਰਾ ਬਣਾਇਆ ਗਿਆ ਸੀਗਾ ਗਿਆਨ ਸੱਚਰ ਫਾਰਮੂਲਾ ਮੈਨੂੰ ਦੱਸੋ ਵੀ ਤੁਹਾਡੇ ਵਿੱਚੋਂ ਕਿਹੜਾ-ਕਿਹੜਾ ਇਹਨਾਂ ਦਾ ਸਟੂਡੈਂਟ ਜਿਹੜਾ ਅੱਜ ਲੇਟ ਆਇਆ ਕਲਾਸ ਦੇ ਵਿੱਚ ਇਹਦਾ ਆਨਸਰ ਮੈਂ ਦੱਸੂਗਾ ਜ਼ਰੂਰ ਜਿਹੜੇ ਲੇਟ ਆਏ ਨੇ ਉਹ 4 ਵਜੇ ਪੂਰੇ ਪਹੁੰਚਿਆ ਕਰੋ ਭਾਈ ਕਿੰਨੇ ਵਜੇ ਪੂਰੇ 4 ਵਜੇ 4 ਪੀਐਮ ਪੂਰੇ 4 ਵਜੇ ਸੋ ਲੇਟ ਨਹੀਂ ਹੁਣ ਆਪਾਂ ਜੇ ਲੇਟ ਹੋਣੇ ਆ ਤਾਂ ਉਹਦਾ ਨੁਕਸਾਨ ਹੀ ਹੁੰਦਾ ਵੀ ਆਪਾਂ ਪਹਿਲੇ ਕੁਐਸਚਨ ਮਿਸ ਕਰ ਜਾਂਦੇ ਆ ਤੇ ਜੇ ਕੋਈ ਤੁਹਾਡੇ ਚੋ ਪਹਿਲੀ ਵਾਰ ਕਲਾਸ 'ਚ ਆਇਆ ਆ ਭਾਈ ਨੋਟ ਕਰਦੇ ਜਾਓ ਬਹੁਤ ਇੰਪੋਰਟੈਂਟ ਆ ਜੀ ਠੀਕ ਹੈ ਲੇਟ ਨਹੀਂ ਹੋਣਾ ਕੱਲ ਤੋਂ ਕੱਲ ਤੋਂ ਤਾਂ ਨਹੀਂ ਲੈਣੋਂ ਦੇ ਫਿਰ ਕੱਲ ਤੋਂ ਪੂਰੇ 4 ਵਜੇ ਹੁਣ ਆਨਸਰ ਦੇਖੋ ਦਾ ਕੀ ਆ ਜਿਨ੍ਹਾਂ ਨੇ ABC ਕੁਝ ਵੀ ਲਾਇਆ ਸੀਗਾ ਸਾਰਿਆਂ ਦਾ ਗਲਤ ਆ D ਕਿਸੇ ਨੇ ਵੀ ਨਹੀਂ ਲਾਇਆ D ਕਿਸੇ ਨੇ ਵੀ ਨਹੀਂ ਲਾਇਆ ਸੋ ਆਨਸਰ ਆਜੂਗਾ ਸਾਡੇ ਕੋਲ ਜੀ ਆਪਸ਼ਨ ਨੰਬਰ D ਭੀਮ ਸਿੰਘ ਸੱਚਰ ਤੇ ਗਿਆਨੀ ਕਰਤਾਰ ਸਿੰਘ ਕੌਣ ਭੀਮ ਸੈਲ ਸਟਰ ਕੌਣ ਸੀਗਾ ਭੀਮ ਸੈਲ ਸਟਰ ਕੌਣ ਸੀ ਕਹਿੰਦੇ ਸਰ ਜੀ ਇਹ ਪੰਜਾਬ ਦੇ ਪਹਿਲੇ ਇਲੈਕਟਿਡ ਸੀਐਮ ਸੀਗਾ ਜੀ ਕੌਣ ਸੀਗੇ ਸਰ ਜੀ ਇਹ ਪੰਜਾਬ ਦੇ ਪਹਿਲੇ ਇਲੈਕਟਿਡ ਸੀਐਮ ਸੀਗੇ ਡਨ ਹਾਂ ਤੇ ਇਹਨਾਂ ਨੇ ਗਿਆਨੀ ਕਰਤਾਰ ਸਿੰਘ ਜੀ ਹੁਣ ਨਾਲ ਮਿਲ ਕੇ ਗਿਆਨ ਆਪਣਾ ਗਿਆਨ ਸੱਚਰ ਫਾਰਮੂਲਾ ਤਿਆਰ ਕੀਤਾ ਸੀਗਾ ਪੰਜਾਬ ਦੇ ਲਈ ਪਹਿਲੇ ਇਲੈਕਟ ਤੇ ਵੈਸੇ ਪਹਿਲੇ ਸੀਐਮ ਕੌਣ ਸੀਗੇ ਪੰਜਾਬ ਦੇ ਸੱਜੀ ਗੋਪੀ ਚੰਦ ਫਾਰਗ 1966 ਦੇ ਵਿੱਚ ਪਹਿਲੇ ਸੀਐਮ ਕੌਣ ਸੀਗੇ ਪੰਜਾਬ ਦੇ ਪਹਿਲੇ ਸਿੱਖ ਸੀਐਮ ਕੌਣ ਸੀਗੇ ਉਹ ਸਾਰਿਆਂ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਦਿਓ ਹੁਣ ਆਪਾਂ ਚੱਲਦੇ ਹਾਂ ਜੀ ਅਗਲੇ ਕੁਐਸਚਨ ਦੇ ਉੱਤੇ ਲੋ ਜੀ ਅਗਲਾ ਕੁਐਸਚਨ ਅ ਕੱਲ ਨੂੰ ਲੈ ਕੇ ਆਵਾਂਗੇ ਸ਼ੇਰ ਤੇਰਾ ਵਾਲਾ ਕੁਐਸਚਨ ਜਿਹੜਾ ਤੂੰ ਕਹਿ ਰਿਹਾ ਠੀਕ ਹੈ ਫੌਜੀ ਪੁੱਤ ਬੇਬੇ ਦੇ ਕੱਲ ਨੂੰ ਆਜੂਗਾ ਜੀ ਕੋਈ ਸ਼ੁਨੇਗਾ ਕੱਲ ਨੂੰ ਇਹ ਕੁਐਸਚਨ ਆਪਾਂ ਲੈ ਕੇ ਆਵਾਂਗੇ ਤੁਸੀਂ ਰੈਗੂਲਰ ਕਲਾਸ ਦੇ ਵਿੱਚ ਆਵੋ ਜੀ ਠੀਕ ਹੈ ਲੋ ਜੀ ਪੜੋ ਫਿਰ ਹਾਂਜੀ ਕਹਿੰਦੇ ਆ ਜੀ ਕਨਵਰ ਨੌਨੇ ਹਾਲ ਸਿੰਘ ਦਾ ਵਿਆਹ ਸਭ ਤੋਂ ਮਹਿੰਗਾ ਸੀਗਾ ਜੀ ਹਾਂ ਪ੍ਰਤਾਪ ਸਿੰਘ ਕੈਰੋ ਪਹਿਲੇ ਸਿੱਖ ਸੀਐਮ ਤੇ ਗੋਪੀ ਚੰਦ ਭਾਰਗਵ ਆਪਣੇ ਪਹਿਲੇ ਸੀਐਮ ਸੀਗੇ ਭੀਮ ਸੇਨ ਸੱਚਰ ਪਹਿਲੇ ਇਲੈਕਟਿਡ ਸੀਐਮ ਸੀਗੇ ਪ੍ਰਤਾਪ ਸਿੰਘ ਕੈਰੋ ਪਹਿਲੇ ਇਲੈਕਟਿਡ ਸੀਐਮ ਸੀਗੇ ਆਪਣੇ ਸੌਰੀ ਆਪਣੇ ਸਿੱਖ ਸੀਐਮ ਸੀਗੇ ਅਤੇ ਗਿਆਨੀ ਗੁਰਮੁਖ ਸਿੰਘ ਮਸਾਫਰ ਆਪਣੇ 1968 ਦੇ ਵਿੱਚ ਪਹਿਲੇ ਸੀਐਮ ਸੀਗੇ ਜੀ ਆਹ ਕੁਐਸਚਨ ਪੜੋ ਕਹਿੰਦੇ ਕੁਐਸਚਨ ਕੀ ਕਹਿੰਦਾ ਪੰਜਾਬ विद इट्स डिपेंडेंसी विद द फॉर्मेशन ऑफ द लेफ्टिनेंट गवर्नरशिप ਕਹਿੰਦੇ ਪੰਜਾਬ ਦੇ ਜਿਹੜੇ ਪਹਿਲੇ ਲੈਫਟਨੈਂਟ ਗਵਰਨਰ ਕੌਣ ਬਣੇ ਸੀਗੇ ਬਹੁਤ ਸੌਖਾ ਜੀ ਕੌਣ ਬਣੇ ਸੀਗੇ ਉਹ ਸਰ ਜੀ ਇਹ ਤਾਂ ਸੌਖਾ ਹੀ ਸਵਾਲ ਆ ਗਿਆ ਜੀ ਕੀ ਸੀਗੇ ਸਰ ਜohn ਲਾਰੈਂਸ ਜohn ਲਾਰੈਂਸ ਹੁਣ ਜਿਵੇਂ ਪੰਜਾਬ ਦੇ ਬਾਰੇ ਦੇਖਾਂ ਤੁਹਾਨੂੰ ਥੋੜਾ ਜਿਹਾ ਇੱਕ ਆਈਡੀਆ ਦੂੰਗਾ ਪੰਜਾਬ ਨੂੰ ਕਿਵੇਂ ਮੈਨੇਜ ਕੀਤਾ ਗਿਆ ਸੀ ਸੁਣੋ ਧਿਆਨ ਦੇ ਨਾਲ 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਮਹਾਰਾਜਾ ਬਣਾਇਆ ਠੀਕ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਇਸ ਦੁਨੀਆ ਨੂੰ ਛੱਡ ਕੇ ਗਏ। ਉਸ ਤੋਂ ਬਾਅਦ ਇਹਨਾਂ ਤੋਂ ਬਾਅਦ ਖੜਕ ਸਿੰਘ ਜੀ ਆਉਂਦੇ ਨੇ, ਫਿਰ ਨੌਨਿਹਾਲ ਸਿੰਘ ਜੀ ਆਉਂਦੇ ਨੇ, ਹੌਲੀ-ਹੌਲੀ ਬਾਕੀ ਜਿਹੜੇ ਉਹ ਥੋੜੇ-ਥੋੜੇ ਕਰਕੇ ਜਿਹੜੇ ਰਾਜੇ ਆਉਂਦੇ ਨੇ ਥੋੜੇ ਟਾਈਮ ਦੇ ਲਈ। ਅਤੇ 1846 ਦੇ ਵਿੱਚ ਜਿਵੇਂ ਮੈਂ ਕਹਿੰਦਾ 1845 ਤੋਂ ਲੈ ਕੇ 1846 ਦੇ ਵਿੱਚ ਪਹਿਲੀ ਲੜਾਈ ਅੰਗਰੇਜ਼ਾਂ ਨਾਲ ਹੁੰਦੀ ਆ ਸਿੱਖ ਰਾਜ ਦੀ। ਇਸ ਲੜਾਈ ਦੇ ਵਿੱਚ ਜਿਹੜੇ ਹੈੱਡ ਸੀਗੇ ਸਿੱਖ ਰਾਜ ਦੇ ਉਹ ਕੌਣ ਸੀਗੇ? ਕਹਿੰਦੇ ਸਰ ਜੀ ਉਹ ਹੋ ਸੀਗੇ ਸਾਡੇ ਕੋਲੇ। ਅ ਮਾਸਟਰ ਮੈਂ ਕਰਦਾ ਜੀ ਕਮੈਂਟ ਕਰਦਾ ਇੱਕ ਮਿੰਟ ਹੋਲਡ ਰੱਖੋ ਠੀਕ ਹੈ ਜੀ ਉਹ ਕੌਣ ਸੀਗੇ ਕਹਿੰਦੇ ਸਰ ਜੀ ਉਹ ਸੀਗੇ ਸਾਡੇ ਕੋਲ ਜੀ 1846 ਦੇ ਵਿੱਚ ਮਹਾਰਾਜਾ ਦਲੀਪ ਸਿੰਘ ਜੀ ਠੀਕ ਹੁਣ ਜਦੋਂ ਲੜਾਈ ਹੋਈ ਉਸ ਤੋਂ ਬਾਅਦ ਇੱਕ ਟ੍ਰੀਟੀ ਸਾਈਨ ਹੋਈ ਆ 1846 ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਟ੍ਰੀਟੀ ਆਫ ਲਾਹੌਰ ਉਸ ਟ੍ਰੀਟੀ ਦੇ ਵਿੱਚ ਅੰਗਰੇਜ਼ਾਂ ਨੇ ਆਪਦਾ ਇੱਕ ਬੰਦਾ ਭੇਜ ਦਿੱਤਾ ਸਿੱਖ ਰਾਜ ਦੇ ਵਿੱਚ ਪਹਿਲਾ ਬੰਦਾ ਭੇਜ ਜਦੋਂ ਨਾਮ ਕੀ ਸੀਗਾ ਸਰ ਹੈਨਰੀ ਲੌਰੈਂਸ ਆਹ ਵਾਲਾ ਬੰਦਾ ਭੇਜਿਆ ਇੱਥੇ ਲਿਖਿਆ ਨਹੀਂ ਹੈਨਰੀ ਲੌਰੈਂਸ ਹੈਨਰੀ ਦਰੁੰਦਰ ਉਹ ਬੰਦਾ ਇਹ ਆ। ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦੂਜੀ ਲੜਾਈ ਲੜੀ 1800 ਸੌਰੀ 1700 1800 1848 ਦੇ ਵਿੱਚ ਦੂਜੀ ਲੜਾਈ ਲੜੀ। ਇਸ ਲੜਾਈ ਨੂੰ ਲੜਨ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਨੂੰ ਜਿੱਤ ਲਿਆ ਤੇ ਆਪਣੇ ਰਾਜ ਦੇ ਵਿੱਚ ਮਿਲਾ ਲਿਆ। ਹੁਣ ਅੰਗਰੇਜ਼ਾਂ ਨੇ ਪੰਜਾਬ ਨੂੰ ਚਲਾਉਣ ਦੇ ਲਈ ਇੱਕ ਤਿੰਨ ਮੈਂਬਰੀ ਕੌਂਸਲ ਬਣਾਈ ਸੀਗੀ। ਉਸ ਤਿੰਨ ਮੈਂਬਰੀ ਕੌਂਸਲ ਦਾ ਹੈੱਡ ਵੀ ਕੌਣ ਸੀਗਾ ਸਰ ਹੈਨਰੀ ਲਾਰੈਂਸ ਸੀਗਾ। 1853 ਦੇ ਵਿੱਚ ਫਿਰ ਇੱਕ ਚੀਫ ਕਮਿਸ਼ਨਰ ਬਣਾਇਆ। ਠੀਕ ਹੈ ਉਹ ਕੌਣ ਸੀਗਾ ਸਰ ਜੌਨ ਲਾਰੈਂਸ ਸੀਗਾ ਫਿਰ 1859 ਦੇ ਵਿੱਚ ਲੈਫਟੀਨੈਂਟ ਗਵਰਨਰ ਬਣਾਇਆ ਤੇ ਉਹ ਪਹਿਲਾ ਕੌਣ ਸੀਗਾ ਉਹ ਵੀ ਜੌਨ ਲਾਰੈਂਸ ਸੀਗਾ ਉਸ ਤੋਂ ਬਾਅਦ ਹੌਲੀ 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 ਆਪਣੇ ਕੋਲੇ ਚੱਲਦਾ ਰਹਿੰਦਾ ਹੈ ਲਓ ਜੀ ਇਹ ਸੀਗਾ ਸਾਡੇ ਕੋਲੇ ਪੂਰੀ ਦੀ ਪੂਰੀ ਸਟੋਰੀ ਆ ਸਾਡੇ ਕੋਲ ਲਿਖੀ ਹੋਈ ਆ ਕੌਣ ਕੌਣ ਕਦੋਂ ਕਦੋਂ ਕੀ ਕੀ ਰਿਹਾ ਆ ਇਹ ਪੀਡੀਐਫ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ ਅਗਲਾ ਕੁਐਸਚਨ ਦੇਖੋ ਜੀ ਬਈ ਨੋਟ ਕਰ ਰਹੇ ਹਾਂ ਦੱਸੋ ਪਹਿਲਾਂ ਇੱਕ ਵਾਰ ਜਿਹੜੀਆਂ ਚੀਜ਼ਾਂ ਅੱਜ 199 ਤੇ ਕੁਐਸਚਨ ਆਇਆ ਸੀ ਓਕੇ ਜੀ ਜਿਹੜੀਆਂ ਚੀਜ਼ਾਂ ਮੈਂ ਦੱਸ ਰਿਹਾ ਨੋਟ ਕਰ ਰਹੇ ਹੋ ਕਿ ਨਹੀਂ ਕਰੋ ਦੱਸੋ ਬੱਚੇ ਪੇਪਰ 'ਚ ਆਉਣਗੀਆਂ ਇਹ ਟੈਨਸ਼ਨ ਨਾ ਲਓ ਇਹਨਾਂ ਨੂੰ ਨੋਟ ਕਰਦੇ ਜਾਓ ਤੇ ਇੱਕ ਵਾਰ ਥੰਬਸ ਅਪ ਦਾ ਸਾਈਨ ਕਰ ਦਿਓ ਜੇ ਲੱਗ ਰਿਹਾ ਕਿ ਸਰ ਹਾਂਜੀ ਵਧੀਆ ਇਨਫੋਰਮੇਸ਼ਨ ਮਿਲ ਰਹੀ ਆ ਕਿਉਂਕਿ ਆਉਣ ਵਾਲੇ ਜਿੰਨੇ ਵੀ ਪੇਪਰ ਨੇ ਉਹਨਾਂ ਵਿੱਚ ਇਨਫੋਰਮੇਸ਼ਨ ਤੁਹਾਡੇ ਕੰਮ ਜ਼ਰੂਰ ਆਊਗੀ ਹਾਂ ਸਤਾਰਾ ਸੋਨਰ ਮੇਰੇ ਕੋਲ ਇੱਕ ਕਵਸਚਨ ਆਸ ਗਿਆ ਠੀਕ ਆ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਹੀ ਹੋਊਗਾ 노 ਡਾਊਟ ਕੋਈ ਇਸ਼ੂ ਨਹੀਂ ਬਣਦਾ ਲੋ ਜੀ ਆਨਸਰ ਸਾਡੇ ਕੋਲ ਕੀ ਆ ਕਹਿੰਦੇ ਕਿਹੜੀ ਬੈਟਲ ਅ ਅਨੰਦਪੁਰ ਸਾਹਿਬ ਵਾਲੀ ਕਦੋਂ ਹੋਈ ਸੀਗੀ ਪਹਿਲੀ ਬੈਟਲ 1701 ਦੇ ਵਿੱਚ 노 ਡਾਊਟ ਸਭ ਕੁਝ ਸਾਨੂੰ ਕਲੀਅਰ ਹੈ ਜੀ ਸੋ অপਸ਼ਨ ਨੰਬਰ ਸੀ ਇਜ਼ ਦਾ ਕਰੈਕਟ ਆਨਸਰ ਲੋ ਸਾਰਾ ਆਪਾਂ ਅਗਲੇ ਕੁਐਸਚਨ ਤੇ ਮੂਵ ਕਰਦੇ ਹਾਂ ਪਹਿਲਾਂ ਉਦੋਂ ਪਹਿਲਾਂ ਸਾਰਾ ਕੁਝ ਦੱਸਿਆ ਗਿਆ ਆ ਵੀ ਜਿਹੜੀ ਲੜਾਈ ਹੋਈ ਸੀਗੀ ਆਪਾਂ ਇਹਦੀ ਤੁਹਾਨੂੰ ਪੀਡੀਐਫ ਸੇਮ ਪ੍ਰੋਵਾਈਡ ਕਰਦਾਂਗੇ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਜੀ ਸਰਦਾਰ ਨਵਾਬ ਕਪੂਰ ਸਿੰਘ ਵਾਜ਼ ਕਮਾਂਡਰ ਆਫ ਡੈਸ਼ ਮਿਸਲ ਭਾਈ ਕਿਹੜੀ ਮਿਸਲ ਦੇ ਸੀਗੇ ਸਾਡੇ ਕੋਲੇ ਨਵਾਬ ਕਪੂਰ ਸਿੰਘ ਜੀ ਅਮਨ ਤੁਹਾਡਾ ਕੁਐਸਚਨ ਲੈਣੇ ਆ ਬੱਚੇ ਲਓ ਜੀ ਕਰੋ ਸ਼ਾਬਾਸ਼ ਸ਼ਾਬਾਸ਼ ਸਿੰਘਪੁਰੀਆ ਜਾਂ ਫਿਰ ਫੈਜ਼ਲਪੁਰ ਸ਼ਾਬਾਸ਼ ਆਲੂ ਵਾਲੀ ਮਿਸਲ ਦੇ ਫਾਊਂਡਰ ਕੌਣ ਸੀਗੇ ਸਿੰਘਪੁਰੀਆ ਦੇ ਰਾਮਗੜੀਆ ਦੇ ਤੇ ਸ਼ੁਕਰ ਚੱਕੀਆ ਦੇ ਚਾਰ ਨੇ ਸਾਡੇ ਕੋਲੇ ਕਹਿੰਦੇ ਨਵਾਬ ਕਪੂਰ ਸਿੰਘ ਜੀ ਬਿਲਕੁਲ ਸਹੀ ਹੈ ਨਵਾਬ ਕਪੂਰ ਸਿੰਘ ਜੀ ਆਜੂਗਾ ਸਾਡੇ ਕੋਲੇ ਸਿੰਘਪੁਰੀਆ ਮਿਸਲ ਦੇ ਸੀਗੇ ਬਾਕੀ ਬੱਚੇ ਦੇਖੋ ਇੱਕ ਦੋ ਬੱਚਿਆਂ ਦੇ ਸਵਾਲ ਨੇ ਜੀ ਕਿਸੇ ਵੀ ਸਟੂਡੈਂਟ ਦਾ ਕੋਈ ਵੀ ਇੰਪੋਰਟੈਂਟ ਸਵਾਲ ਹੋਵੇ ਜਦੋਂ ਕਲਾਸ ਖਤਮ ਹੋ ਗਈ ਨਾ ਤੱਕ ਕਮੈਂਟ ਬਾਕਸ ਵਿੱਚ ਜਦੋਂ ਸਵਾਲ ਛੱਡ ਜਿਓ ਆਨਸਰ ਜ਼ਰੂਰ ਕਰੂਗਾ ਹਾਂ ਜਿਹੜੇ ਬੱਚੇ ਪੰਜਾਬ ਪੁਲਿਸ ਕਨਸਟੇਬਲ ਦਾ ਪੇਪਰ ਦੇ ਕੇ ਆਏ ਨੇ ਤੁਸੀਂ ਵੀ ਜ਼ਰੂਰ ਆਪਣੇ ਕੁਐਸਚਨ ਛੱਡਦੇ ਜਾਓ ਥੱਲੇ ਤਾਂ ਕਿ ਆਪਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਦਾ ਰਹੇ ਵੀ ਕਿਸ ਤਰੀਕੇ ਦੇ ਕੁਐਸਚਨ ਆ ਰਹੇ ਨੇ ਠੀਕ ਹੈ ਜੀ ਚਲੋ ਕੀ ਹੈ ਸਾਡੇ ਕੋਲੇ ਕਹਿੰਦੇ ਸਰ ਬਿਲਕੁਲ ਸਹੀ ਹੈ ਜੀ ਸਿੰਘਪੁਰੀਆ ਮਿਸਲ ਦੇ ਫਾਊਂਡਰ ਸੀਗੇ ਸਾਡੇ ਕੋਲੇ ਕਪੂਰ ਸਿੰਘ ਜੀ ਆਪਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ ਲੋ ਭੋਲੇ ਘਟ ਡਾ ਇਸ ਕੀ ਖੈਰ ਨਹੀਂ ਹੈ ਇਹਦੀ ਖੈਰ ਨਹੀਂ ਹੈ ਇਹ ਸਾਡੇ ਕੋਲੇ ਸਰ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਨਸਰ। ਲਓ ਜੀ। ਹੁਣ ਜੇ ਆਲੂ ਵਾਲੀ ਆ ਦੀ ਗੱਲ ਕਰੀਏ ਤਾਂ ਆਲੂ ਵਾਲੀਆ ਜਿਹੜੇ ਸੀਗੇ ਇਹ ਇਹਦੇ ਸੀਗੇ ਜੱਸਾ ਸਿੰਘ ਆਲੂ ਵਾਲੀਆ, ਰਾਮ ਗੜੀਆ ਦੇ, ਜੱਸਾ ਸਿੰਘ ਰਾਮ ਗੜੀਆ ਤੇ ਸ਼ੁਕਰ ਚੱਕਿਆ ਦੀ ਅਸੀਂ ਬੁੱਧ ਸਿੰਘ ਤੇ ਚੜਤ ਸਿੰਘ ਦੋ ਪੜਦੇ ਆ, ਦੋਨਾਂ ਨੂੰ ਅਸੀਂ ਯਾਦ ਰੱਖਾਂਗੇ ਕੋਈ ਵੀ ਪੇਪਰ 'ਚ ਆ ਸਕਦਾ ਹੈ। ਲਓ ਸਰ ਅਗਲੇ ਕੁਐਸਚਨ ਤੇ ਆਪਾਂ ਹੁਣ ਚੱਲਦੇ ਆਂ ਜੀ। ਲਓ ਜੀ ਅਗਲਾ ਕੁਐਸਚਨ। ਆਹ ਡਿਟੇਲ ਆ ਗਈ ਆ ਜਿਹੜੀ ਆਪਾਂ ਹੁਣ ਤੱਕ ਪੜ ਚੁੱਕੇ ਆਂ, ਹੁਣ ਆਪਾਂ ਚੱਲਦੇ ਆਂ ਜੀ ਅਗਲੇ ਕੁਐਸਚਨ ਦੇ ਉੱਤੇ। ਸਾਇੰਟਿਫਿਕ ਨਾਮ ਕੀ ਹੈ ਸਾਡੇ ਕੋਲੇ ਇਹ ਆਪਾਂ ਕੱਲ ਕਰ ਲਿਆ ਸੀ ਨਾ ਹਾਂ ਸਰ ਮੇਰਾ ਬੇਪਸਾ ਅਰਸ਼ਦੀਪ ਜਰੂਰ ਜਦੋਂ ਕਲਾਸ ਖਤਮ ਹੋਵੇ ਬੱਚੇ ਥੱਲੇ ਛੱਡ ਜੋ ਆਪਦਾ ਠੀਕਾ ਕੁਐਸਚਨ ਤੇ ਆਪਾਂ ਉੱਤੇ ਕਮੈਂਟ ਬਾਕਸ ਵਿੱਚ ਜਰੂਰ ਗੱਲ ਕਰ ਲਵਾਂਗੇ ਆਪਾਂ ਕੱਲ ਪੜ੍ਹ ਲਿਆ ਸੀਗਾ ਧਿਆਨ ਚ ਨਹੀਂ ਮੇਰੇ ਹੈਗਾ ਹਾਂ ਲੋ ਜੀ ਆ ਦੇਖੋ ਆ ਦੇਖੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਆ ਕੁਐਸ਼ਨ ਦਾ ਅਨਸਰ ਕਰੋ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਇਨਕਰੈਕਟ ਹੈ ਮਤਲਬ ਬਾਕੀ ਸਹੀ ਹੋਣਗੇ ਲੇਕਿਨ ਇਹਨਾਂ ਵਿੱਚੋਂ ਇੱਕ ਗਲਤ ਹੈ ਤੇ ਕਿਹੜਾ ਗਲਤ ਹੈ ਤੁਸੀਂ ਮੈਨੂੰ ਦੱਸਣਾ ਹੈ ਕਿਹੜਾ ਗਲਤ ਹੈ ਇਹ ਤੁਸੀਂ ਮੈਨੂੰ ਦੱਸਣਾ ਹੈ ਤੇ ਇੱਕ ਵਾਰ ਹੱਥ ਖੜਾ ਕਰਕੇ ਦੱਸੋ ਯਾਰ ਕੱਲ ਨੂੰ 4 ਵਜੇ ਪੂਰੇ ਕੌਣ ਆਊਗਾ ਅੱਜ ਜਿਹੜੇ ਲੇਟ ਆਏ ਆ ਕੱਲ ਨੂੰ ਤਾਂ ਨਹੀਂ ਲੇਟ ਆਉਂਦੇ ਤੇ ਕੁਐਸ਼ਨ ਵਾਲੇ ਘੈਂਟ ਹੋਏ ਆ ਪੰਜ ਠੀਕ ਹੈ ਇੱਕ ਵਾਰ ਹੈਂਡ ਰੇਜ ਕਰਕੇ ਦੱਸੋ ਵੀ ਕੱਲ ਨੂੰ ਕਿਹੜੇ ਕਿਹੜੇ ਟਾਈਮ ਤੇ ਆਉਣਗੇ ਲਓ ਜੀ ਅਨਸਰ ਸਾਡੇ ਕੋਲੇ ਸੈਫਰਨ ਦੀ ਗੱਲ ਕਰੀ ਨਾ ਸੈਫਰਨ ਜਿਹਨੂੰ ਅਸੀਂ ਕੀ ਕਹਿੰਦੇ ਹਾਂ ਪੰਜਾਬੀ ਵਿੱਚ ਉਹ ਕੇਸਰ ਕੇਸਰ ਨਹੀਂ ਕਹਿੰਦੇ ਹਿਮਾਚਲ ਚ ਹੁੰਦਾ ਜੀ ਹਿਮਾਚਲ ਦੇ ਤਾਂ ਸੇਵ ਹੀ ਹੁੰਦੇ ਆ ਹਿਮਾਚਲ ਦੇ ਤਾਂ ਸੇਵ ਹੀ ਹੁੰਦੇ ਆ ਕਣਕ ਪੰਜਾਬ ਚ ਹੁੰਦੀ ਆ ਸਰਬਉਦੂ ਹੁੰਦੀ ਹੈ ਜੀ ਚਾਹ ਪੱਤੀ ਆਸਾਮ ਚ ਹੁੰਦੀ ਹੈ ਜੀ ਬਾਦੂ ਹੁੰਦੀ ਆ ਕਰਨਾਟਕਾ ਚ ਕਾਫੀ ਬਾਦੂ ਹੁੰਦੀ ਆ ਲੇਕਿਨ ਸੈਫਰਨ ਕਸ਼ਮੀਰ ਚ ਹੁੰਦਾ ਕਿੱਥੇ ਹੁੰਦਾ ਸਰ ਜੀ ਇਹਦਾ ਕਸ਼ਮੀਰ ਚ ਹੁੰਦਾ ਜੀ ਇੱਥੇ ਨਹੀਂ ਹੁੰਦਾ ਕਸ਼ਮੀਰ ਇਸ ਦਾ கரੈਕਟ ਆਨਸਰ ਆਪਸ਼ਨ ਨੰਬਰ ਡੀ ਬਿਲਕੁਲ ਸਹੀ ਹੈ ਜੀ ਟਰੀਟੀ ਆਫ ਅੰਮ੍ਰਿਤਸਰ ਵਾਸ ਸਾਈਨਡ ਐਟ ਵਿਚ ਪਲੇਸ ਭਾਈ ਟਰੀਟੀ ਆਫ ਅੰਮ੍ਰਿਤਸਰ ਕਿੱਥੇ ਸਾਈਨ ਕੀਤੀ ਗਈ ਨਾਲ ਦੇ ਨਾਲ ਇੱਕ ਮੈਨੂੰ ਇਹ ਗੱਲ ਜ਼ਰੂਰ ਦੱਸਿਓ ਵੀ ਜਿਹੜੀ ਇਹ ਅੰਮ੍ਰਿਤਸਰ ਵਾਲੀ ਟਰੀਟੀ ਆ ਇਹ ਕਿਹਦੇ ਕਿਹਦੇ ਵਿਚਕਾਰ ਸਾਈਨ ਹੋਈ ਸੀ ਉਹਨੂੰ ਯਾਦ ਰੱਖਿਓ ਤਿੰਨ ਦਿਨ ਪਹਿਲਾਂ ਤੁਸੀਂ ਇਹ ਸਵਾਲ ਗਲਤ ਕੀਤਾ ਸੀਗਾ ਕਲਾਸ 'ਚ ਤੇ ਜੇ ਪੇਪਰ 'ਚ ਵੀ ਗਲਤੀ ਕੀਤੀ ਕੰਮ ਖਰਾਬ ਹੋ ਜਾਊਗਾ ਤੇ ਇਹ ਵੀ ਦੱਸਿਓ ਕਿਹੜੀ ਨਦੀ ਦੇ ਕਿਨਾਰੇ ਤੇ ਸੀਗਾ ਕਿਹੜੀ ਨਦੀ ਦੇ ਕਿਨਾਰੇ ਤੇ ਸਿਗੀ ਹੈ ਟ੍ਰੀਟੀ ਲੋਜੀ ਸਰ ਕਹਿੰਦੇ ਜੀ ਰੋਪੜ ਸ਼ਹਿਰ ਚ ਸਾਈਨ ਹੋਈ ਸੀਗੀ ਰੋਪੜ ਸ਼ਹਿਰ ਚ ਸਾਈਨ ਹੋਈ ਸੀਗੀ ਬਿਲਕੁਲ ਸਹੀ ਆ ਅਤੇ ਇਹ ਹੋਈ ਸੀਗੀ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਜੀ ਸੀਗੇ ਦੂਜੇ ਪਾਸੇ ਕਹਿੰਦੇ ਕੁਰਸੀ ਤੇ ਬਿਠਾਇਆ ਹੋ ਸੀਗਾ ਲord ਮੈਟਕਫ ਨੂੰ ਹੁਣ ਯਾਦ ਰੱਖਿਓ ਲord ਮੈਟਕਫ ਜਿਹੜਾ ਸੀਗਾ ਉਹ ਅੰਗਰੇਜ਼ਾਂ ਵੱਲੋਂ ਰਿਪਰੈਜ਼ੈਂਟੇਟਿਵ ਸੀਗਾ ਮਤਲਬ ਅੰਗਰੇਜ਼ਾਂ ਨੇ ਭੇਜਿਆ ਵੀ ਆ ਯਾਰ ਸਾਈਨ ਕਰਕੇ ਇਹ ਟ੍ਰੀਟੀ ਲੇਕਿਨ ਉਸ ਟਾਈਮ ਦੇ ਉੱਤੇ ਬੰਗਾਲ ਕਿਉਂਕਿ ਮੇਨ ਹੈੱਡ ਅੰਗਰੇਜ਼ਾਂ ਦਾ ਬੰਗਾਲ ਸੀਗਾ ਉਹਨੂੰ ਕਹਿੰਦੇ ਸੀਗੇ ਗਵਰਨਰ ਜਨਰਲ ਆਫ ਬੰਗਾਲ ਉਹ ਕੌਣ ਸੀਗਾ ਸਰ ਉਸਿਕਾ ਲਾਰਡ ਮਿੰਟੋ ਪੁਆਇੰਟ ਨੋਟ ਕਰ ਲਓ ਜੀ ਲਾਰਡ ਮਿੰਟੋ ਤੇ ਮੈਟਿਕਾਫ ਮੈਟਿਕਾਫ ਦਾ ਸਾਈਨ ਕਰਨਾ ਆਇਆ ਸੀਗਾ ਲੇਕਿਨ ਲਾਰਡ ਮਿੰਟੋ ਬੰਗਾਲ ਦੇ ਵਿੱਚ ਬੈਠਾ ਦੇਖ ਰਿਹਾ ਸੀਗਾ ਵੀ ਟ੍ਰੀਟੀ ਸਾਈਨ ਹੋ ਰਹੀ ਕਿ ਨਹੀਂ ਹੋ ਰਹੀ ਅਤੇ ਕਹਿੰਦੇ ਇਹ ਹੈਗਾ ਸਾਡੇ ਕੋਲੇ ਸਤਲੁਜ ਨਦੀ ਦੇ ਕਿਨਾਰੇ ਤੇ ਅੱਜ ਵੀ ਜੇ ਤੁਸੀਂ ਜਾਓ ਨਾ ਉੱਥੇ ਬਣਿਆ ਹੋਇਆ ਉਹ ਜਗਾ ਹਜੇ ਵੀ ਉਹ ਮਹਾਰਾਜਾ ਰਣਜੀਤ ਸਿੰਘ ਜਿਹੜਾ ਲੱਗਾ ਹੋਇਆ ਨਿਸ਼ਾਨ ਸਾਹਿਬ ਜਿੱਥੇ ਟਰੇਟੀ ਸਾਈਨ ਕੀਤੀ ਗਈ ਸੀਗੀ ਲੋ ਜੀ ਅਗਲੇ ਕੁਐਸਚਨ ਤੇ ਆਪਾਂ ਚੱਲਦੇ ਹਾਂ ਕਹਿੰਦੇ ਇਹਨਾਂ ਵਿੱਚੋਂ ਕਿਹੜੀ ਮੂਵਮੈਂਟ ਆ ਜਿਹੜੀ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ ਦਾ ਹਿੱਸਾ ਨਹੀਂ ਸੀਗੀ ਨਾਟ ਆ ਪਾਰਟ ਆਫ ਜਿਵੇਂ ਤੁਹਾਨੂੰ ਪੁੱਛਾਂ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ ਕਦੋਂ ਸਟਾਰਟ ਹੋਈ ਸੀਗੀ ਗੁਰਦੁਆਰਾ ਰਿਫਾਰਮ ਮੂਵਮੈਂਟ ਜਿਹੜੀ ਆ ਗੁਰਦੁਆਰਾ ਸੁਧਾਰ ਲਹਿਰ ਕਦੋਂ ਸ਼ੁਰੂ ਹੋਈ ਸੀਗੀ ਤੁਸੀਂ ਮੈਨੂੰ ਇਹ ਵੀ ਦੱਸਣਾ ਤੇ ਇੱਕ ਵਾਰ ਜਿਨ੍ਹਾਂ ਨੇ ਹਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਯਾਰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਹੋਇਆ ਨਾ ਕਰਿਆ ਕਰੋ ਬਹੁਤ ਜ਼ਰੂਰੀ ਕਲਾਸ ਆ ਤੇ ਆਪਣੀ ਕਲਾਸ ਦਾ ਰੈਗੂਲਰ ਟਾਈਮ ਜਿਹੜਾ ਆ ਉਹ ਸਰ 4 ਵਜੇ ਦਾ ਹੀ ਹੈ ਸੋ ਕਿਰਪਾ ਕਰਕੇ ਕੱਲ ਤੋਂ 4 ਵਜੇ ਪੂਰੇ ਜ਼ਰੂਰ ਪਹੁੰਚਿਆ ਕਰੋ ਲੇਟ ਨਾ ਹੋਇਆ ਕਰੋ ਅਨਸਰ ਆ ਜੂਗਾ ਨਾਮਤਾਰੀ ਮੂਵਮੈਂਟ ਕਿਉਂਕਿ ਨਾਮਤਾਰੀ ਮੂਵਮੈਂਟ ਕਾਦੇ ਰਿਲੇਟਡ ਸਿਗੀ ਜਿਆਦਾ ਕੂਕਾ ਮੂਵਮੈਂਟ ਨਾਮਤਾਰੀ ਮੂਵਮੈਂਟ ਇਹ ਤਾਂ ਉਹ ਸਿਗੀ ਸਰ ਇਹ ਕਦੋਂ ਸਟਾਰਟ ਹੋਈ ਸੀਗੀ ਸਰ ਜੀ ਇਹ ਕਦੋਂ ਸਟਾਰਟ ਹੋਈ ਸੀਗੀ ਓਕੇ ਦੱਸੋ ਤੇ ਮੈਨੂੰ ਇਹ ਵੀ ਦੱਸੋ ਵੀ ਭਾਈ ਗੁਰਦੁਆਰਾ ਸੁਧਾਰ ਲਹਿਰ ਕਦੋਂ ਸਟਾਰਟ ਹੋਈ ਸੀ ਕਿਸੇ ਨੇ ਦੱਸਿਆ ਨੀਗਾ ਬਹੁਤ ਘੱਟ ਬੱਚੇ ਦੱਸ ਰਹੇ ਨੇ ਸਰ 1920 ਦੇ ਵਿੱਚ ਇਸ ਲਹਿਰ ਨੂੰ ਅਸੀਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ ਐਸ ਜੀ ਪੀ ਸੀ ਲਹਿਰ ਐਸ ਜੀ ਪੀ ਸੀ ਇਹ ਉਹੀ ਹੈ ਜੀ ਤੇ ਨਾਮਧਾਰੀ ਮੂਵਮੈਂਟ ਦੀ ਗੱਲ ਕਰਾਂ ਸਰ 1857 ਦੇ ਵਿੱਚ ਕਹਿੰਦੇ ਇਹ ਸਟਾਰਟ ਹੋਈ ਸੀ ਜੇ ਐਗਜ਼ੈਕਟ ਡੇਟ ਪੁੱਛ ਲਵਾਂ ਮੈਂ ਅਪ੍ਰੈਲ ਮਹੀਨਾ ਮੈਂ ਦੱਸ ਦਤਾ ਡੇਟ ਤੁਸੀਂ ਦੱਸ ਦੋ ਵੀ ਕਿੰਨੀ ਅਪ੍ਰੈਲ ਨੂੰ ਇਹ ਸਟਾਰਟ ਹੋਈ ਸਗੀ ਸਾਡੇ ਕੋਲੇ ਤੁਸੀਂ ਦੱਸਣਾ ਜੀ ਠੀਕ ਹੈ ਚੱਲੀਏ ਹੁਣ ਆਪਾਂ ਅਗਲੇ ਕੁਐਸਚਨ ਦੇ ਉੱਤੇ ਲੋ ਸਰ ਜੀ ਅਗਲੇ ਕੁਐਸਚਨ ਤੇ ਆਪਾਂ ਮੂਵ ਕਰ ਗਏ ਆ ਨਮਕ ਦਾ ਦਰੋਗਾ ਫੇਮਸ ਸੋਸ਼ਲ ਸਟੋਰੀ ਹੈ ਕਿਸ ਦੇ ਦੁਆਰਾ ਲਿਖੀ ਗਈ ਹੈ ਨਮਕ ਦਾ ਦਰੋਗਾ ਸਰ ਜੀ ਮੈਂ ਫਸਟ ਟਾਈਮ ਲਗਾ ਰਿਹਾ ਜੀ ਕਲਾਸ ਅ ਪਿਛਲੀਆਂ ਕਲਾਸਾਂ ਰਾਹੁਲ ਡਿਸਕ੍ਰਿਪਸ਼ਨ ਚ ਬੱਚੇ ਪਲੇਲਿਸਟ ਬਣੀ ਹੋਈ ਆ ਉੱਥੋਂ ਮਿਲ ਜਾਣਗੀਆਂ ਜੀ ਠੀਕ ਆ ਜੀ ਜਾਂ ਸਰਚ ਕਰ ਲਿਓ ਪੰਜਾਬ ਜੀਕੇ ਬਾਈ ਫਤੇਸਰ ਤੁਹਾਨੂੰ ਮਿਲ ਜਾਣਗੀਆਂ ਜੀ ਲੌਜੀਕ ਕਰੋ ਸ਼ਾਬਾਸ਼ ਸ਼ਾਬਾਸ਼ ਕੀ ਹੈ ਸਾਡੇ ਕੋਲੇ ਮੁੰਸ਼ੀ ਪ੍ਰੇਮਚੰਦ ਬਿਲਕੁਲ ਸਹੀ ਆਪਸ਼ਨ ਨੰਬਰ A ਇਸ ਦਾ ਕਰੈਕਟ ਆਨਸਰ ਮੁੰਸ਼ੀ ਪ੍ਰੇਮਚੰਦ ਬਿਲਕੁਲ ਸਹੀ ਆਨਸਰ ਹੈ ਲੋਸਰ ਅਗਲੇ ਕੁਐਸਚਨ ਤੇ ਆਪਾਂ ਚੱਲਦੇ ਹਾਂ ਜੀ ਅਗਲਾ ਕੁਐਸਚਨ ਅ ਕਹਿੰਦੇ ਵੈਨ ਵਾਸ ਫਰਸਟ ਟਾਈਮ ਦਾ ਟ੍ਰਿਬਿਊਨ ਇੱਕ ਇੰਡੀਅਨ ਇੰਗਲਿਸ਼ ਲੈਂਗੁਏਜ ਨਿਊਜ਼ਪੇਪਰ ਹੈ ਇਹ ਕਦੋਂ ਪਬਲਿਸ਼ ਕੀਤੀ ਗਈ ਸੀ ਪਹਿਲੀ ਵਾਰ ਟ੍ਰਿਬਿਊਨ ਨਿਊਜ਼ਪੇਪਰ ਮਤਲਬ ਕਦੋਂ ਪਬਲਿਸ਼ ਕੀਤੀ ਗਈ ਹੈ ਤੇ ਟ੍ਰਿਬਿਊਨ ਨਿਊਜ਼ਪੇਪਰ ਕਦੋਂ ਪਬਲਿਸ਼ ਸਾਲ ਤਾਂ ਸੀ ਪੜਿਆ ਸੀਗਾ ਜੀ ਤੇ ਜੇ ਸਾਲ ਪੜਿਆ ਹੋਇਆ ਆ ਤਾਂ ਫਿਰ ਗਲਤ ਹੋ ਨਹੀਂ ਸਕਦਾ ਕਿਉਂਕਿ ਇਹ ਸਾਲ ਮੇਰੇ ਯਾਦ ਆ ਨਾ ਤਾਂ ਤੁਸੀਂ ਇੱਕ ਗੱਲ ਨੋਟ ਕਰੋਗੇ ਕਿ ਸਾਲ ਇੱਕੋ ਹੀ ਆ ਮਤਲਬ ਕਿ 82 ਕਿਆ ਸੀ ਕਾਮਨ ਦੋ ਆਪਸ਼ਨ ਚ ਹੈ ਹੀ ਨਹੀਂਗਾ ਸੋ ਬਹੁਤ ਸਾਰੇ ਬੱਚੇ ਸੀ ਕਹਿ ਰਹੇ ਨੇ ਕੁਝ ਬੱਚੇ ਬੀ ਕਹਿ ਰਹੇ ਨੇ ਕੁਝ ਬੱਚੇ ਡੀ ਕਹਿ ਰਹੇ ਨੇ ਸੋ ਆਨਸਰ ਸਾਡੇ ਕੋਲ 2 ਫਰਵਰੀ 1881 ਬਿਲਕੁਲ ਸਹੀ ਹੈ ਜਿਨ੍ਹਾਂ ਦੇ ਬੀ ਨੇ ਉਹਨਾਂ ਨਾਲ ਦੇ ਇੱਕ ਵਾਰ ਤਾੜੀਆਂ ਆਪਸ਼ਨ ਨੰਬਰ ਬੀ ਬਿਲਕੁਲ ਸਹੀ ਹੈ ਲੋਸਰ ਅਗਲਾ ਕੁਸ਼ਣ ਇਹਨਾਂ ਵਿੱਚੋਂ ਕਿਹੜੀ ਡਿਵੀਜ਼ਨ ਪੰਜਾਬ ਐਡਮਿਨਿਸਟ੍ਰੇਟਿਵ ਡਿਵੀਜ਼ਨ ਦਾ ਹਿੱਸਾ ਨਹੀਂ ਹੈ ਮਤਲਬ ਕਿ ਉਹ ਪੰਜਾਬ ਦੀ ਐਡਮਿਨਿਸਟ੍ਰੇਟਿਵ ਡਿਵੀਜ਼ਨ ਨਹੀਂ ਹੈਗੀ ਇਹਨਾਂ ਵਿੱਚੋਂ ਕਿਹੜੀ ਸਰ ਕਿਹੜੀ ਹੈ ਜੀ ਫਰੀਦਕੋਟ ਡਿਵੀਜ਼ਨ ਫਾਜ਼ਲਕਾ ਡਿਵੀਜ਼ਨ ਫਿਰੋਜ਼ਪੁਰ ਡਿਵੀਜ਼ਨ ਜਾਂ ਫਿਰ ਜਲੰਧਰ ਡਿਵੀਜ਼ਨ ਕਿਹੜੀ ਡਿਵੀਜ਼ਨ ਨਹੀਂ ਹੈ ਹੁਣ ਇਹਦਾ ਆਨਸਰ ਮੈਂ ਤੁਹਾਨੂੰ ਇੱਕ ਦੱਸਾਂ ਗੱਲ ਭੋਲੇਗਾ ਡੱਡਾ ਗਲਤ ਕਰੂਗਾ ਭੋਲੇਗਾ ਡੱਡਾ ਗਲਤ ਕਰੂਗਾ ਕਿਹੜੀ ਨਹੀਂ ਹੈਗੀ ਉਹਨਾਂ ਨੇ ਪੁੱਛਿਆ ਗੱਲ ਯਾਦ ਰੱਖਿਓ ਕਿਹੜੀ ਨਹੀਂ ਹੈਗੀ ਕੱਲ ਪੇਪਰ ਆ ਪ੍ਰਮਾਤਮਾ ਕਰੇ ਤੇਰਾ ਪੇਪਰ ਵਧੀਆ ਹੋਵੇ ਕੀ ਹੈ ਸਾਡੇ ਕੋਲੇ অপਸ਼ਨ ਨੰਬਰ ਕਿਹੜਾ ਹੋਊਗਾ ਜੀ ਸਿਰਫ ਫਰੀਦਕੋਟ ਡਿਵੀਜ਼ਨ ਹੈਗੀ ਆ ਫਾਜ਼ਿਲਗਾ ਡਿਵੀਜ਼ਨ ਹੈਗੀ ਫਿਰੋਜ਼ਪੁਰ ਹੈਗੀ ਫਾਜ਼ਿਲ ਕਾ ਨਹੀਂ ਹੈਗੀ ਫਾਜ਼ਿਲ ਕਾ ਨਹੀਂ ਹੈਗੀ ਸੋ অপਸ਼ਨ ਨੰਬਰ ਬੀ ਇਜ਼ ਦਾ ਕਰੈਕਟ ਆਂਸਰ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਭੋਲੇਗਾ ਡਾ ਗਲਤ ਕਰੂਗਾ ਹੀ ਕਰੂਗਾ ਇੱਕ ਵਾਰ ਨਾ ਉਹ ਬੱਚੇ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਦਾ ਪੇਪਰ ਦੇ ਕੇ ਆਏ ਨੇ ਤੁਹਾਡੇ ਚ ਕੋਈ ਹੈਗਾ ਇਸ ਟਾਈਮ ਦੇ ਉੱਤੇ ਵੀ ਜਿਹੜਾ ਪੇਪਰ ਦੇ ਕੇ ਆ ਗਿਆ ਤੇ ਕਲਾਸ ਚ ਬੈਸ ਟਾਈਮ ਬੈਠਾ ਇੱਕ ਵਾਰ ਹੱਥ ਖੜਾ ਕਰੋ ਕਿਹੜੇ ਕਿਹੜੇ ਦਾ ਪੇਪਰ ਹੋ ਗਿਆ ਜੀ ਛੋਟੇ ਵੀਰ ਕਰ ਦੇਣਾ ਰਿਪਲਾਈ ਤੇਰਾ ਵੱਡੇ ਵੀਰ ਆਪਣੇ ਜਾਨੀ ਜੋਂ ਜੀ ਨਾ ਨਾ ਵੀਰੇ ਕਸੂਰ ਕਿਸਦਾ ਨਹੀਂਗਾ ਵੀਰੇ ਮੇਰੇ ਕਰਦਾ ਮੈਂ ਆਪਦਾ ਕੁਐਸਚਨ ਲਿਖ ਦੇ ਯਾਰ ਕਮੈਂਟ ਬਾਕਸ ਦੇ ਵਿੱਚ ਮੈਂ ਜ਼ਰੂਰ ਤੇਰਾ ਰਿਪਲਾਈ ਕਰੂੰਗਾ ਵੀਰੇ ਐ ਨਾ ਕਿਹਾ ਕਰੋ ਜੀ ਠੀਕ ਹੈ ਚਲੋ ਜਿਹੜੇ ਜਿਹੜੇ ਪੇਪਰ ਦੇ ਕੇ ਆਏ ਨੇ ਉਹ ਹੱਥ ਖੜਾ ਕਰੋ ਜਿਹੜੇ ਪੇਪਰ ਦੇ ਕੇ ਆਏ ਨੇ ਸੋ ਆਨਸਰ ਇਹਦਾ ਫਾਜ਼ਲ ਕਾ ਜੀ ਸਾਨੂੰ ਬਿਲਕੁਲ ਸਹੀ ਹੈ ਅ ਹੋਰ ਡਿਵੀਜ਼ਨ ਆ ਕਿਹੜੀਆਂ ਸਾਡੇ ਕੋਲੇ ਆਪਾਂ ਇੱਕ ਵਾਰ ਦੇਖ ਲੈਨੇ ਆ ਆ ਦੇਖੋ ਸਾਡੇ ਕੋਲ ਜਲੰਧਰ ਡਿਵੀਜ਼ਨ ਹੈਗੀ ਆ ਜੀ ਫਿਰੋਜ਼ਪੁਰ ਡਿਵੀਜ਼ਨ ਆ ਫਰੀਦਕੋਟ ਡਿਵੀਜ਼ਨ ਆ ਆ ਆਪਣੇ ਕੋਲੇ ਹੈਗੀ ਆ ਠੀਕ ਹੈ ਜੀ ਪਟਿਆਲਾ ਡਿਵੀਜ਼ਨ ਤੇ ਰੂਪਨਗਰ ਡਿਵੀਜ਼ਨ ਇਹ ਪੰਜ ਡਿਵੀਜ਼ਨਾਂ ਨੇ ਇਹ ਕੀ ਸਾਡੇ ਕੋਲੇ ਪੰਜ ਡਿਵੀਜ਼ਨਾਂ ਨੇ ਜੀ ਠੀਕ ਹੈ ਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਅਗਲੇ ਕੁਐਸਚਨ ਸਾਡੇ ਕੋਲ ਹੈਗਾ ਆ ਠੀਕ ਅਗਲਾ ਕੁਐਸਚਨ ਸਾਡੇ ਕੋਲੇ ਕਿਹੜੇ ਸਾਲ ਦੇ ਵਿੱਚ ਪਹਿਲੀ ਵਾਰ ਪੰਜਾਬ ਨੇ ਲੇਡੀ ਸੀਐਮ ਨੂੰ ਗਾਟ ਕੀਤਾ ਸੀਗਾ ਜੇ ਆਪਾਂ ਇਹ ਕਹਿ ਦਈਏ ਕਿ ਪਹਿਲੀ ਵਾਰ ਲੇਡੀ ਸੀਐਮ ਕਦੋਂ ਬਣੀ ਸੀਗੀ ਹਾਂ ਦੇਖੋ ਆ ਬੱਚੇ ਕਹਿ ਰਹੇ ਨੇ ਕਿ ਪਤਾ ਇਸ ਵਾਰ ਨਾ ਬਹੁਤ ਅਜੀਬ ਜਿਹਾ ਆਨਸਰ ਕਰੀਆ ਪੀ ਟਰਪਲਸ ਵੀ ਮੈਂ ਹੈਰਾਨ ਆ ਉਹਨਾਂ ਦੇ ਆਪਾਂ ਨੂੰ ਪਤਾ ਕਿ ਗੁਰੂ ਆ ਰਾਮਦਾਸ ਜੀ ਨੇ 30 ਰਾਗਾਂ ਵਿੱਚ ਬਾਣੀ ਲਿਖੀ ਆ ਤੇ ਉਹ ਕਹਿੰਦੇ ਬੱਚੇ 29 ਸਹੀ ਕਰੀ ਜਾ ਰਹੇ ਨੇ ਮੈਂ ਦੇਖੂਗਾ ਜ਼ਰੂਰ ਕੀ ਦਿੱਕਤ ਆ ਮੈਂ ਇੱਕ ਵਾਰ ਆਨਸਰ ਕੀ ਚੈੱਕ ਕਰਦਾ ਹਾਂ ਸੋ ਜੇ ਜੋ ਵੀ ਇਸ਼ੂ ਹੈਗਾ ਉੱਤੇ ਆਪਾਂ ਰੈਟ ਵਗੈਰਾ ਪਾ ਕੇ ਉਹਨੂੰ ਠੀਕ ਕਰਾਂਗੇ ਪਤਾ ਨਹੀਂ ਇਹ ਪੀ 3 ਪਲੱਸ ਵੀਰੇ ਹੈਲ ਹੀ ਗਿਆ ਆਨਸਰ ਸਾਡੇ ਕੋਲ ਕੀ ਹੈ ਜੀ অপਸ਼ਨ ਨੰਬਰ ਬੀ 1996 ਇਸ ਦਾ ਕਰੈਕਟ ਆਨਸਰ ਕੀ ਹੈ ਸਰ 1996 ਬਿਲਕੁਲ ਸਹੀ ਆਨਸਰ ਹੈ ਨੇ 3 ਆਗਾ ਉਹਨਾਂ 29 ਸੇ ਕੀਤਾ ਦੱਸੋ ਹੱਥ ਦਾ ਜੀ ਉਹਨਾਂ ਪਰ ਆਪ ਤੁਸੀਂ ਦੱਸੋ ਤੁਸੀਂ ਅਜੇ ਤੱਕ 30 ਪੜ੍ਹਿਆ ਹਰ ਇੱਕ ਕਿਤਾਬ 'ਚ 30 ਆ ਤੁਸੀਂ ਐਸਜੀਪੀਸੀ ਦੀ ਸਾਈਟ ਤੇ ਸਰਚ ਕਰ ਲਓ ਉੱਥੇ 30 ਲਿਖੇ ਹੋਇਆ 29 ਕਿੱਥੋਂ ਆ ਗਿਆ ਮੈਨੂੰ ਤਾਂ ਆਪ ਨਹੀਂ ਪਤਾ ਲੱਗਦਾ ਕਿੱਥੋਂ ਆ ਗਿਆ 29 ਅਗਲਾ ਕੁਐਸਚਨ ਸਾਡੇ ਕੋਲੇ ਕਹਿੰਦੇ ਵਾਟ ਇਜ਼ ਦਾ 올ਡ ਨੇਮ ਆਫ ਬਠਿੰਡੇ ਬਠਿੰਡੇ ਦਾ ਪੁਰਾਣਾ ਨਾਮ ਕੀ ਹੈ ਜੀ ਬਠਿੰਡੇ ਦਾ ਪੁਰਾਣਾ ਨਾਮ ਕੀ ਹੈ 30 ਐ 30 ਐ 30 ਐ ਜੀ ਟੈਂਡਰਸ ਵੈਲਿਊ ਦਾ ਕੁਐਸਚਨ ਕਿਹੜਾ ਸੀਗਾ ਚੈੱਕ ਕਰਦਾ ਮੈਂ ਚੈੱਕ ਕਰ ਲੈਣਾ ਚੈੱਕ ਕਰ ਲੈਣਾ ਸਾਰੇ ਆਨਸਰ ਕੀ ਚੈੱਕ ਕਰਾਂਗੇ ਉਹ ਲੋਜੀ ਕੀ ਹੈ ਸਾਡੇ ਕੋਲੇ ਕਹਿੰਦੇ ਵਿਕਰਮਗੜ ਜੈਨੂ ਤਬੀਰੇ ਹਿੰਦਵੀ ਕਹਿੰਦੇ ਤੇ ਵਿਕਰਮਗੜ ਵੀ ਕਹਿੰਦੇ ਆਪਸ਼ਨ ਨੰਬਰ A ਇਸ ਦਾ ਕਰੈਕਟ ਆਨਸਰ ਇਹ ਗੱਲ ਹੋਰ ਮੇਰੀ ਯਾਦ ਰੱਖਿਓ ਸਿਰੋ ਜੇ ਆਪਾਂ ਪੜ੍ਹ ਰਹੇ ਆਂ ਪੰਜਾਬ ਜੀ ਕੇ ਕੋਈ ਇਸ਼ੂ ਨਹੀਂ ਹੈਗਾ ਤੁਹਾਡੇ ਨਾਲ ਖੜਾ ਆ ਮੈਂ ਜਿਹੜੇ ਆਪਸ਼ਨ ਗਲਤ ਹੋਏ ਆਪਾਂ ਰੈਟ ਪਾ ਗਿਓ ਸਹੀ ਜ਼ਰੂਰ ਕਰਾਵਾਂਗੇ ਜੀ ਤੇ ਜੇ ਕਿਸੇ ਬੱਚੇ ਨੇ ਹੁਣ ਲਾਈਵ ਦੇਖੀ ਆ ਜਾਂ ਰਿਕਾਰਡਿੰਗ ਦੇਖ ਰਿਹਾ ਆ ਹੁਣ ਜੇ ਜਦੋਂ ਕਲਾਸ ਖਤਮ ਹੋ ਗਈ ਨਾ ਤੁਸੀਂ ਲਾਈਵ ਵਾਲੀ ਵਿੱਚ ਜਾਂ ਰਿਕਾਰਡਿੰਗ ਵਾਲੀ ਜਦੋਂ ਕਲਾਸ ਖਤਮ ਹੋ ਗਈ ਯਾਰ ਉਹਦੇ ਵਿੱਚ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਨਾ ਦੱਸ ਕੇ ਜਾਓ ਵੀ ਕਿਹੜੀਆਂ ਕਿਹੜੀਆਂ ਦਿੱਕਤਾਂ ਆਈਆਂ ਨੇ ਕੱਲ ਦੇ ਪੀ ਟਰिपल एस ਵੀ ਦੇ ਆਨਸਰ ਕੀ ਦੇ ਵਿੱਚ ਪਲੱਸ ਜਿਹੜੇ ਜਿਹੜੇ ਹੁਣ ਪੇਪਰ ਦੇ ਕੇ ਆਨੇ ਪੰਜਾਬ ਪੁਲਿਸ ਕਨਸਟੇਬਲ ਦਾ ਉਹਦੇ ਵਿੱਚ ਕਿੱਦਾਂ ਦੇ ਕੁਐਸਚਨ ਆਏ ਨੇ ਤੇ ਬਾਕੀ ਘਬਰਾਉਣਾ ਨੀਗਾ ਹਜੇ ਬਹੁਤ ਸਾਰੇ ਪੇਪਰ ਆਉਣ ਵਾਲੇ ਨੇ ਇੱਕ ਵਾਰ ਤੁਹਾਨੂੰ ਦਿਖਾਉਣਾ ਹੋਰ ਕਿਹੜੇ ਕਿਹੜੇ ਪੇਪਰ ਆਉਣ ਵਾਲੇ ਨੇ ਠੀਕ ਹੈ ਜੀ ਤੇ ਕਿਹੜੇ ਕਿਹੜੇ ਪੇਪਰ ਹੋਰ ਆਉਣ ਵਾਲੇ ਨੇ ਉਹਨਾਂ ਨੂੰ ਮੈਂ ਤੁਹਾਨੂੰ ਦਿਖਾ ਦਿੰ ਆਪਣੇ ਕੋਲ ਆ ਦੇਖੋ ਆ ਪੇਪਰਾਂ ਦੀ ਪੂਰੀ ਪੂਰੀ ਆਸ ਆ ਸਾਡੇ ਕੋਲ ਵੀ ਆਉਣਗੇ ਆਉਣਗੇ ਕਹਿੰਦੇ ਪਟਵਾਰੀ ਦੇਖੋ ਪਹਿਲੀ ਗੱਲ ਦਾ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਪੰਜਾਬ ਪੁਲਿਸ ਕਨਸਟੇਬਲ ਇਸ ਸਾਲ ਆਉਣੇ ਹੀ ਆਉਣੇ ਨੇ ਉਸ ਤੋਂ ਬਾਅਦ ਜੇਲ੍ਹ ਵਾਰਡਨ ਦੀ ਪੂਰੀ ਪੂਰੀ ਉਮੀਦ ਆ ਕਿ ਇਹ ਵੀ ਆਊਗਾ ਹੀ ਆਊਗਾ ਜੀ ਪੂਰਨ ਸਪਲਾਈ ਇੰਸਪੈਕਟਰ ਦਾ ਚੱਲ ਰਿਹਾ ਵੀ ਇਹ ਵੀ ਆਉਣਾ ਸਾਡੇ ਕੋਲੇ ਆ ਵੀਡੀਓ ਰੀਓਪਨ ਹੋਣਾ ਆ ਪਟਵਾਰੀ ਦਾ ਪੇਪਰ ਕਹਿੰਦੇ ਦੁਬਾਰਾ ਆਉਣਾ ਆ ਐਕਸਾਈਜ਼ ਇੰਸਪੈਕਟਰ ਹੋ ਗਿਆ ਨਾਇਬ ਤਹਿਸੀਲਦਾਰ ਹੋ ਗਿਆ ਰੋਡ ਐਂਡ ਸੇਫਟੀ ਵਾਲਾ ਹੋ ਗਿਆ ਹੋਰ ਵੀ ਬਹੁਤ ਸਾਰੇ ਪੇਪਰ ਨੇ ਜਿਹੜੇ ਆਉਣ ਸੋਇਨਾ ਵਿੱਚ ਪੰਜਾਬ ਜੀ ਕੇ ਬਹੁਤ ਵੱਡੇ ਲੈਵਲ ਦੀ ਆਉਣੀ ਆ ਤੁਸੀਂ ਆਪਦੀ ਤਿਆਰੀ ਉਸ ਤਰੀਕੇ ਦੀ ਰੱਖਿਓ ਘਬਰਾਉਣਾ ਬਿਲਕੁਲ ਵੀ ਨਹੀਂ ਹੈਗਾ ਟੈਨਸ਼ਨ ਨਹੀਂ ਲੈਣੀ ਆਂ ਆਪਦੀ ਤਿਆਰੀ ਰੱਖੋ ਤੁਹਾਡੇ ਨਾਲ ਖੜਿਆ ਜੀ ਤੁਹਾਡੇ ਨਾਲ ਖੜਿਆ ਤੇ ਉਹ ਬੱਚੇ ਜਿਨ੍ਹਾਂ ਨੂੰ ਲੱਗਦਾ ਵੀ ਸਰ ਅਸੀਂ ਤਿਆਰੀ ਤਾਂ ਵਧੀਆ ਕਰ ਰਹੇ ਆਂ ਜੀ ਪਰ ਸਾਡੇ ਕੋਲ ਇੱਕ ਬੇਸ ਨਹੀਂ ਹੈਗਾ ਸਾਡੀ ਬੁਨਿਆਦ ਸਟਰੋਂਗ ਨਹੀਂ ਹੈਗੀ ਤੁਹਾਡੇ ਲਈ ਬੁਨਿਆਦ ਵੈਚ ਆਪਾਂ ਸਟਾਰਟ ਕਰ ਰਹੇ ਆਂ ਜੀ ਕੀ ਸਾਡੇ ਗਵਾਂਡੀਆਂ ਦੀ ਚਲੋ ਠੀਕ ਹੈ ਇਹ ਬੁਨਿਆਦ ਬਏ ਸਾਨੂੰ 9000 ਦਾ ਨਹੀਂ ਹੈਗਾ ਇਹ ਸਿਰਫ ਸਾਨੂੰ ਮਿਲੂਗਾ ਜੀ ਅ Y565 ਡਿਸਕਾਊਂਟ ਕੋਡ ਲਾਉਣ ਤੋਂ ਬਾਅਦ 1978 ਰੁਪਏ ਦਾ ਕਿਵੇਂ ਇਹ ਐਡਮਿਸ਼ਨ ਲੈਣੀ ਆ ਸਭ ਤੋਂ ਪਹਿਲਾਂ ਤਾਂ ਅਸੀਂ ਕੀ ਕਰਨਾ ਜੀ ਅ ਐਪ ਇੰਸਟਾਲ ਕਰਨੀ ਆ ਐਪ ਓਪਨ ਕਰਨੀ ਆ ਐਪ ਓਪਨ ਕਰੋਗੇ ਤਾਂ ਕੁਛ ਇਦਾਂ ਦਾ ਇੰਟਰਫੇਸ ਖੁੱਲੂਗਾ ਸਾਡੇ ਕੋਲੇ ਉਸ ਤੋਂ ਬਾਅਦ ਥੱਲੇ ਸਟੋਰ ਲਿਖਿਆ ਸਟੋਰ ਤੇ ਕਲਿੱਕ ਕਰਾਂਗੇ ਜਿਵੇਂ ਸਟੋਰ ਤੇ ਕਲਿੱਕ ਕੀਤਾ ਤਾਂ ਸਾਡੇ ਕੋਲ ਜਿਹੜਾ ਆ ਉਹ ਇਸ ਤਰੀਕੇ ਦਾ ਇੰਟਰਫੇਸ ਖੁੱਲ ਜਾਊਗਾ ਜੀ ਠੀਕ ਹੈ ਕੋਨ ਸਟੋਰ ਦੇ ਉੱਤੇ ਆ ਸਰਚ ਬਾਰ ਇੱਥੇ ਸਰਚ ਕਰਾਂਗੇ ਅਸੀਂ ਜਿਵੇਂ ਇੱਥੇ ਸਰਚ ਕੀਤਾ ਤਾਂ ਸਾਡੇ ਕੋਲ ਕੁਛ ਇਦਾਂ ਦਾ ਲਿਖਿਆ ਆ ਜਾਊਗਾ ਉੱਥੇ ਲਿਖ ਦਿਓ ਬੁਨਿਆਦ ਬੈਚ ਜਾਂ ਜੋ ਵੀ ਐਡਮਿਸ਼ਨ ਲੈਣੀ ਜਾਵੇ ਪੰਜਾਬ ਦਾ ਮਹਾਪੱਗ ਉੱਥੇ ਕਲਿੱਕ ਕਰਦੇ ਹੋ ਉਸ ਤੋਂ ਬਾਅਦ ਕੁਛ ਇਦਾਂ ਦਾ ਇੰਟਰਫੇਸ ਖੁੱਲੂਗਾ ਇੱਥੇ ਕਲਿੱਕ ਕਰਨ ਤੇ ਬਾਅਦ ਜਦੋਂ ਅਸੀਂ ਕਲਿੱਕ ਕਰਾਂਗੇ ਸਾਡੇ ਕੋਲ ਇਦਾਂ ਆ ਜਾਊਗਾ ਜੀ ਇੱਥੇ ਪ੍ਰਾਈਸ ਮੈਂਸ਼ਨ ਕੀਤਾ 2299 ਰੁਪਏ ਇੱਥੇ ਆਲਰੇਡੀ ਲਿਖਾ ਕਿ ਅਪਲਾਈਡ ਕੂਪਨ ਇਹਨੂੰ ਰਿਮੂਵ ਕਰ ਦਿਓ ਜਿਵੇਂ ਰਿਮੂਵ ਕਰਾਂਗੇ ਇੱਕ ਵਾਰ ਪ੍ਰਾਈਸ ਜ਼ਰੂਰ ਵਧੂਗਾ ਲੇਕਿਨ ਘਬਰਾਉਣਾ ਨੀਗਾ ਆ ਜਿਵੇਂ ਹੀ ਆਫਰ ਅਵੇਲੇਬਲ ਤੇ ਕਲਿੱਕ ਕੀਤਾ ਸਾਡੇ ਕੋਲ ਕੁਛ ਇਦਾਂ ਦਾ ਇੰਟਰਫੇਸ ਖੁੱਲੂਗਾ ਇੱਥੇ ਲਿਖਿਆ ਐਂਟਰ ਕੂਪਨ ਕੋਡ ਐਂਟਰ ਕੂਪਨ ਕੋਡ ਤੇ ਜਾਓ ਅਤੇ ਡਿਸਕਾਊਂਟ ਕੋਡ Y565 ਲਾ ਕੇ ਅਪਲਾਈ ਕਰ ਦਿਓ ਤੇ ਲਓ ਜੀ ਕੁਆਇਨਸ ਤੇ ਕਲਿੱਕ ਕੀਤਾ ਤੇ ਪ੍ਰਾਈਸ ਘਟ ਕੇ ਰਹਿ ਗਿਆ ਸਿਰਫ 1980 ਰੁਪਏ ਇਸ ਤਰੀਕੇ ਨਾਲ ਅਸੀਂ ਬੁਨਿਆਦ ਬੈਚ ਦੇ ਵਿੱਚ ਐਡਮਿਸ਼ਨ ਲੈ ਸਕਦੇ ਹਾਂ ਜੀ ਠੀਕ ਹੈ ਇਹ ਸੀਗੀ ਆਪਣੀ ਅੱਜ ਦੀ ਕਲਾਸ ਉਮੀਦ ਆ ਕਲਾਸ ਵਧੀਆ ਲੱਗੀ ਹੋਊਗੀ ਜਾਂ ਵਧੀਆ ਲੱਗੀ ਹੋਈ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਤਵਤ ਬੱਚਿਆਂ ਤੱਕ ਤੇ ਆਪਾਂ ਮਿਲਦੇ ਹਾਂ ਕੱਲ ਦੀ ਕਲਾਸ ਵਿੱਚ ਤਦ ਤੱਕ ਦੇ ਲਈ ਜਉਂਦੇ